ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਇੰਟਰਨੈਸ਼ਨਲ ਢਾਡੀ ਜਥਾ ਅਜੈਬ ਸਿੰਘ ਜੀ ਅਣਖੀ ਆਪਣੇ ਸਾਥੀਆਂ ਸਮੇਤ ਸੰਗਤ ਦੇ ਵਿੱਚ ਮੇਰੀ
ਕਰਦੇ ਤੇਜੀ ਹਰ ਮੋੜ ਤੇ ਕਰਦੇ ਤੇਜੀ ਹੁਲੇ ਜਾਊ ਸੜਕ ਤੋਂ ਠੇਲਾ ਹੁਲੇ ਜਾਊ ਸੜਕ ਤੋਂ ਠੇਲਾ ਕਿਉਂ ਕਰਦੇ ਮੇਰੀ ਮੇਰੀ ਕਿਉਂ ਕਰਦੇ ਮੇਰੀ ਮੇਰੀ ਹੋ ਜਗ ਚਾਰ ਦਿਨਾਂ ਦਾ ਮੇਲਾ ਉਹ ਜਗ ਚਾਰ ਦਿਨਾਂ ਦਾ ਮੇਲਾ ਚੰਗੇ ਬੀਜ ਧਰਮ ਦੇ ਬੋਲੇ ਛੱਡ ਨਫ਼ਰਤ ਹਰ ਦਿਲ ਬੋਲੇ ਖੱਟ ਅਣਖੀ ਜਗ ਤੋਂ ਨੇਕੀ ਖੱਟ ਅਣਖੀ ਜਗ ਤੋਂ ਨੇਕੀ ਹੋ ਸੁੱਟ ਨਫ਼ਰਤ ਵਾਲਾ ਸੇਲਾ ਹੋ ਸੁੱਟ ਨਫ਼ਰਤ ਵਾਲਾ ਸੇਲਾ ਕਿਉਂ ਕਰਦਾ ਮੇਰੀ ਮੇਰੀ ਕਿਉਂ ਕਰਦਾ ਮੇਰੀ ਮੇਰੀ ਹੋ ਜਗ ਚਾਰ ਦਿਨਾਂ ਦਾ ਮੇਲਾ ਇਹ ਜਗ ਚਾਰ ਦਿਨਾਂ ਦਾ ਮੇਲਾ ਹਾਂ ਜਗ ਚਾਰ ਦਿਨਾਂ ਦਾ ਮੇਲਾ ਆ ਪਰਮ ਸਤਿਕਾਰਯੋਗ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜਿਤਨੇ ਸਤਿਕਾਰਯੋਗ ਬੱਚੇ ਭੈਣਾਂ ਮਾਤਾਵਾਂ ਬਜ਼ੁਰਗ ਖਾਸ ਕਰਕੇ ਨੌਜਵਾਨ ਵੀਰ ਅੱਜ ਰਾਤਰੀ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ ਕੀਰਤਨ ਦਾ ਆਨੰਦ ਮਾਣ ਕੇ ਹਟੇ ਹੋ ਕੁਝ ਸਮੇਂ ਲਈ ਢਾਡੀ ਜਥੇ ਨੂੰ ਹੁਕਮ ਹੋਇਆ ਸੰਗਤਾਂ ਵੱਲੋਂ ਕਿ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਜਾਣ ਆਓ ਬੋਲਣ ਤੋਂ ਪਹਿਲਾਂ ਹਾਜ਼ਰੀ ਅਤੇ ਹਾਜ਼ਰੀ ਤੋਂ ਪਹਿਲਾਂ ਫਤਿਹ ਜ਼ਰੂਰੀ ਹੈ ਫਤਿਹ ਚੜ੍ਹਦੀ ਕਲਾ ਨਾਲ ਬੁਲਾਉਣੀ ਹੈ ਮੈਂ ਪੜ੍ਹ ਰਿਹਾ ਸੀ ਇਤਿਹਾਸ ਦੁਨੀਆਂ ਉੱਤੇ ਮਰਦਾਂ ਦਾ ਕੋਈ ਘਾਟਾ ਨਹੀਂ ਧਿਆਨ ਦੇਣਾ ਜੀ ਪੀਰ ਪੈਗੰਬਰ ਬਹੁਤ ਹੋਏ ਨੇ ਮਰਜ਼ੀ ਬੜੇ ਬਹਾਦਰ ਵੀ ਬਹੁਤ ਹੋਏ ਨੇ ਕੁਰਸ਼ੇਤਰ ਦਾ ਮੈਦਾਨ ਗਰਮ ਹੋ ਗਿਆ ਖੂਨੀਆਂ ਖੱਪ ਗਈਆਂ ਬਰਾਬਰ ਦੀ ਟੱਕਰ ਸੀ ਆਓ ਪਰ ਹੈਰਾਨ ਰਹਿ ਜਾਓਗੇ ਦੁਨੀਆਂ ਉੱਤੇ ਕਿਸੇ ਵਿਅਕਤੀ ਨੂੰ ਕਿਸੇ ਮਰਦ ਨੂੰ ਕਿਸੇ ਪੀਰ ਪੈਗੰਬਰ ਨੂੰ ਤਿੰਨ ਨਾਵਾਂ ਦੇ ਨਾਲ ਯਾਦ ਨਹੀਂ ਕੀਤਾ ਗਿਆ ਅੱਜ ਅਸੀਂ ਜਦੋਂ ਚੇਤਾ ਕਰਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦਾ ਸਭ ਤੋਂ ਪਹਿਲੀ ਗੱਲ ਕਹਿਣੀ ਹੈ ਕਿ ਸ਼ਹੀਦ ਪਿਤਾ ਦੇ ਪੁੱਤਰ ਕੌਣ ਸਨ ਧੰਨ ਗੁਰੂ ਗੋਬਿੰਦ ਸਿੰਘ ਫਿਰ ਗੱਲ ਅੱਗੇ ਚਲੀ ਗਈ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸ਼ਹੀਦ ਪੁੱਤਰਾਂ ਦੇ ਪਿਤਾ ਉਹ ਕੌਣ ਸਨ ਉਹ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕਿਸੇ ਨੇ ਸੋਨਾ ਦਾਨ ਕਰ ਦਿੱਤਾ ਕਿਸੇ ਨੇ ਹੀਰੇ ਜਵਾਹਰਾਤ ਦਾਨ ਕਰ ਦਿੱਤੇ ਕਈਆਂ ਨੇ ਰਾਜ ਭਾਗ ਵੀ ਦਾਨ ਕਰ ਦਿੱਤਾ ਹੋਣਾ ਕੋਈ ਖਾਸ ਗੱਲ ਨਹੀਂ ਪਰ ਅੱਜ ਤੱਕ ਵੀਰੋ ਕਿਸੇ ਨੇ ਸਰਬੰਸ ਦਾਨ ਨਹੀਂ ਕੀਤਾ ਇਸੇ ਲਈ ਸੰਸਾਰ ਦੀ ਜ਼ਬਾਨ ਉੱਤੇ ਇੱਕ ਗੱਲ ਚੱਲੀ ਗਈ ਕਿ ਸਰਬੰਸ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਆਓ ਉਸ ਸਰਬੰਸ ਦਾਨੀ ਨੂੰ ਕਰੀਏ ਚੇਤੇ ਵਸਾਈਏ ਮਨ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਉਪਦੇਸ਼ ਸਤਿਗੁਰੂ ਫਰਮਾਨ ਕਰਦੇ ਨੇ ਮਨ ਵਿੱਚ ਹੈ ਧਿਆਨ ਦਿਓ ਭੈਣੋ ਕਿਸੇ ਨੇ ਉੱਠ ਕੇ ਨਹੀਂ ਜਾਣਾ ਆਹ ਘੜੀਆਂ ਸਾਨੂੰ ਰੋਜ਼ ਰੋਜ਼ ਨਹੀਂ ਮਿਲਦੀਆਂ ਰੋਜ਼ ਅਸੀਂ ਨਗਰ ਵਿੱਚ ਦੀਵਾਨ ਨਹੀਂ ਲਾਉਂਦੇ ਫਿਰਦੇ ਇਹ ਤਾਂ ਸਬੱਬਾਂ ਨਾਲ ਇਕੱਠੇ ਹੋਣੇ ਆ ਚੰਗੇ ਕਰਮਾਂ ਦੀ ਨਿਸ਼ਾਨੀ ਆ ਸਾਡੀ ਸਤਿਗੁਰੂ ਕਹਿੰਦੇ ਨੇ ਮਨ ਵਿੱਚ ਹੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਆਓ ਲਵਾਓ ਹਾਜ਼ਰੀ ਕੋਈ ਜਵਾਨ ਐਸੀ ਨਾ ਹੋਵੇ ਜਿਹਦੇ ਵਿੱਚੋਂ ਗੁਰੂ ਦੀ ਫਤਿਹ ਨਾ ਨਿਕਲੇ ਚੜ੍ਹਦੀ ਕਲਾ ਦੇ ਨਾਲ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਲੱਗਿਆ ਤੁਹਾਡੀ ਇਸ ਸਟੇਜ ਉੱਤੇ ਮੈਂ ਪਹਿਲੀ ਵਾਰ ਖੜਾ ਚੰਗੇ ਨਾਮ ਬਰ ਢਾਡੀ
ਇਸ ਨਗਰ ਵਿੱਚ ਬੋਲ ਕੇ ਗਏ ਨੇ, ਕਿਉਂਕਿ ਹਰ ਇੱਕ ਬੁਲਾਰੇ ਦਾ ਆਪਣਾ ਦਾਨ ਹੁੰਦਾ ਬੋਲਣ ਦਾ। ਇਤਿਹਾਸ ਉਹੀ ਹੈ, ਕੋਈ ਇਹੋ ਜਿਹਾ ਇਤਿਹਾਸ ਨਹੀਂ ਜਿਹੜਾ ਤੁਸੀਂ ਨਾ ਸੁਣਿਆ ਹੋਵੇ। ਫਿਰ ਆਓ, ਸਮਾਂ ਸੀਮਤ ਹੈ, ਸੀਮਤ ਸਮੇਂ ਦੇ ਵਿੱਚ ਮੈਂ ਤੁਹਾਡੇ ਨਾਲ ਸਿੱਖੀ ਦੀ ਗੱਲ ਕਰਕੇ ਜਾਵਾਂ, ਕਿਉਂਕਿ ਅੱਜ ਅਸੀਂ ਬ੍ਰਹਮ ਗਿਆਨੀ ਸੰਤ ਬਾਬਾ ਬਰਵਾਨੰਦ ਜੀ ਉਹਨਾਂ ਦੀ ਮਹਾਨ ਯਾਦ ਨੂੰ ਤਾਜ਼ਾ ਕਰ ਰਹੇ ਹਾਂ। ਅਸੀਂ ਬੈਠੇ ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ। ਧਿਆਨ ਦਿਓ, ਇੱਕ ਗੱਲ ਕਰਕੇ ਜਾਵਾਂ, ਕਵੀ ਦੀ ਗੱਲ ਪੜ੍ਹ ਰਿਹਾ ਸੀ, ਉਹ ਕਹਿੰਦਾ ਹੈ ਬਾਣੀ ਰੱਬੀ ਬਾਣੀ ਹੈ ਧੁਰ ਦਰਗਾਹੋਂ ਆਈ ਹੈ। ਮੈਂ ਇਤਿਹਾਸ ਸ਼ੁਰੂ ਕਰਨ ਲੱਗਿਆ ਇੱਕ ਮਿੰਟ ਤੋਂ ਬਾਅਦ। ਇਹ ਬਾਣੀ ਰੱਬੀ ਬਾਣੀ ਹੈ ਧੁਰ ਦਰਗਾਹੋਂ ਆਈ ਹੈ, ਤਪਦੇ ਸੜਦੇ ਹਿਰਦਿਆਂ ਵਿੱਚ ਆ ਪ੍ਰੇਮ ਘਟਾ ਵਰਸਾਈ ਹੈ। ਇਹ ਹੰਸਾਂ ਦਾ ਜੀਵਨ ਦਿੰਦੀ ਏ, ਕਾਗਾਂ ਦੀ ਲਾਹ ਕੇ ਸ਼ਾਹੀ ਨੂੰ ਠੱਗਾਂ ਤੋਂ ਸੱਜਣ ਕਰ ਦੇਵੇ ਕੁਝ ਸਮਝੇ ਰਮਜ ਅਲਾਹੀ ਨੂੰ ਉਹ ਬੰਦਿਆ। ਜੇ ਤੂੰ ਚਾਹੁੰਦਾ ਕਿ ਜੀਵਨ ਤੇਰਾ ਨੂਰ ਮਨਾਰਾ ਬਣ ਜੇ, ਬਣ ਸਕਦਾ ਮਿੱਤਰਾ ਕਿਵੇਂ, ਬਰਫ਼ ਦੇ ਵਿੱਚ ਲੱਗਿਆ ਦਿਲ ਹੈ। ਤੂੰ ਜੇ ਚਾਹੁੰਦਾ ਗਿਆਰਾ ਬਣ ਜੇ, ਤੇਰੇ ਘਰ ਦਾ ਬੜਿਆ ਦੀਵਾ ਕੁੱਲ ਰਾਹੀਆਂ ਲਈ ਸਹਾਰਾ ਬਣ ਜੇ। ਮੈਂ ਮੇਰੀ ਨੂੰ ਛੱਡ ਕੇ ਬੰਦਿਆ, ਇਹ ਰਤਨਾਂ ਦੀ ਖਾਣੀ ਪੜ੍ਹ ਲੈ, ਗੁਰੂ ਗ੍ਰੰਥ ਨੂੰ ਟੇਕ ਕੇ ਮੱਥਾ ਗੁਰੂ ਨਾਨਕ ਦੀ ਬਾਣੀ ਪੜ੍ਹ ਲੈ। ਹੁਣ ਜਿਨ੍ਹਾਂ ਨੇ ਬਾਣੀ ਪੜ੍ਹੀ, ਜਿਨ੍ਹਾਂ ਨੇ ਬਾਣੀ ਸੁਣੀ, ਜਿਨ੍ਹਾਂ ਨੇ ਬਾਣੀ ਦਾ ਅਧਿਐਨ ਕੀਤਾ, ਰਿਸਰਚ ਕੀਤੀ, ਖੋਜਿਆ, ਕਹਿੰਦੇ ਉਹਨਾਂ ਦੇ ਬੇੜੇ ਪਾਰ ਹੋ ਗਏ ਨੇ। ਇਸੇ ਲਈ ਇੱਕ ਕਵੀ ਨੇ ਨਿਚੋੜ ਕੱਢ ਦਿੱਤਾ ਗੁਰਬਾਣੀ ਦਾ, ਬਹੁਤ ਵਧੀਆ ਸਤਰਾਂ ਲਿਖੀਆਂ ਨੇ। ਉਹ ਲਿਖਦਾ ਲਿਖਦਾ ਅੱਗੇ ਵਧਿਆ ਹੈ, ਇੱਕ ਪੰਕਤੀ ਤੇ ਨਿਰਭਰ ਕੀਤੀ ਉਹਨੇ ਗੱਲ, ਉਹ ਕੀ, ਅਸੀਂ ਰੋਜ਼ ਪੜ੍ਹਦੇ ਹਾਂ ਭੈਣੋ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁੱਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ। ਕੀ ਤੁਸੀਂ ਸੋਚਦੇ ਹੋ, ਇੱਥੋਂ ਦੁੱਧ ਮੰਗਿਆ ਦੁੱਧ, ਪੁੱਤ ਮੰਗਿਆ ਪੁੱਤ, ਧਨ ਦੌਲਤ ਮੰਗਿਆ ਧਨ ਦੌਲਤ, ਕਿਉਂਕਿ ਉਹ ਦਰਬਾਰ ਹੈ ਜਿਸ ਦਰਬਾਰ ਵਿੱਚ ਆਇਆ ਬੈਠਿਆ, ਬਾਣੀ ਸੁਣਿਆ, ਕੀਰਤਨ ਸੁਣਿਆ, ਢਾਡੀ ਦਰਬਾਰ ਸੁਣਿਆ। ਕਹਿੰਦੇ ਅਸਾਧ ਰੋਗ ਕੈਂਸਰ ਵਰਗੀਆਂ ਬਿਮਾਰੀਆਂ ਜਿਨ੍ਹਾਂ ਦਾ ਦੁਨੀਆਂ ਉੱਤੇ ਕੋਈ ਇਲਾਜ ਨਹੀਂ, ਤੇ ਗੁਰੂ ਦੀ ਪਵਿੱਤਰ ਬਾਣੀ ਪੜ੍ਹ ਕੇ ਕਹਿੰਦੇ ਰੋਗਾਂ ਦੀ ਨਿਵਿਰਤੀ ਹੋ ਜਾਂਦੀ ਹੈ। ਉਹ ਦਰਬਾਰ ਹੈ ਜਿੱਥੇ ਅਸੀਂ ਬੈਠੇ ਹਾਂ। ਕਵੀ ਨੇ ਕਮਾਲ ਕਰ ਦਿੱਤੀ, ਉਹ ਕਹਿੰਦਾ ਕਿ ਨਦਰੇ ਰਹਿਮਤ ਸੇ ਨਾਨਕ ਜਿੱਧਰ ਇਸ਼ਾਰਾ ਕਰਦੀ ਆ। ਮੈਂ 2 ਮਿੰਟ ਕਿਉਂ ਲਏ ਨੇ, ਤਾਂ ਕਿ ਸਾਡੀਆਂ ਬਿਰਤੀਆਂ ਜੁੜ ਜਾਣ, ਗੁਰੂ ਪਾਤਸ਼ਾਹ ਕਿਰਪਾ ਕਰੇ ਸਾਡੇ ਉੱਤੇ, ਸਾਨੂੰ ਬੈਠਣ ਦੀ ਸਮਰੱਥਾ ਬਖਸ਼ੇ ਪਾਤਸ਼ਾਹ, ਕਿਉਂਕਿ ਸਾਡਾ ਇਤਿਹਾਸ ਬੜਾ ਨਿਗਰ ਇਤਿਹਾਸ ਹੈ। ਨਦਰੇ ਰਹਿਮਤ ਸੇ ਨਾਨਕ ਜਿੱਧਰ ਇਸ਼ਾਰਾ ਕਰਦੀ ਆ, ਜਰਰੇ ਸੇ ਸੂਰਜ ਕੀਆ ਕਤਰੇ ਸੇ ਦਰਿਆ ਕਰਦੀ ਆ, ਬਣ ਕੇ ਸਾਕੀ ਜਾਮ ਕੋ ਸੈਸੇ ਪਲਾਇਆ, ਆਪਣੇ ਜ਼ਿੰਦਗੀ ਕਿਆ ਬਾਤ ਹੈ ਜਾਹਿਦ ਦਿਵਾਨਾ ਕਰਦੀ ਆ, ਹਿੰਦੂ ਮੁਸਲਿਮ ਕੇ ਮਿੱਟੇ ਝਗੜੇ ਗਲੇ ਸਾ ਮਿਲ ਗੋ ਕੇ ਹੋਰੋ ਮਾਮ, ਕਾਂਸ਼ੀਓ ਕਾਬਾ ਕਰਦੀ ਆ, ਦੈ ਸੇ ਦੇਵਤਾ ਬਣਾ, ਸੱਜਣ ਵੀ ਸੱਜਣ ਹੋ ਗਿਆ ਜੀ, ਬੰਦੇ ਕੀ ਕਿਆ ਬਾਤ ਹੈ ਰੀਠਾ ਵੀ ਮੀਠਾ ਕਰਦੀ ਆ, ਡਾਰ ਕਰ ਕਿਚਕੀ ਭੱਟੀ ਮੇ ਕੁੰਦਨ ਕੀਆ ਲਹਿਣੇ ਕੋ ਜਬ ਲਹਿਣੇ ਸੇ ਅੰਗਤ ਕੀ ਅੰਗਤ ਸੇ ਅੱਲਾਹ ਕਰਦੀ ਆ। ਆਓ ਸਤਿਕਾਰ ਨਾਲ ਬੈਠਣਾ, ਸ਼ਰਧਾ ਨਾਲ ਬੈਠਣਾ। ਮੈਂ ਘੰਟਾ ਡੇਢ ਕੁ ਘੰਟਾ ਟਾਈਮ ਮੈਨੂੰ ਮਿਲਿਆ, ਇੰਨੇ ਸਮੇਂ ਵਿੱਚ ਆਪਾਂ ਕਿਸੇ ਮਹਾਂਬਲੀ ਯੋਧੇ ਦੇ ਪੂਰਨ ਗੁਰਸਿੱਖ ਦੇ ਇਤਿਹਾਸ ਨਾਲ ਜੁੜਨਾ ਹੈ, ਕਿਉਂਕਿ ਮੇਰੇ ਕੋਲ ਕਈ ਡਿਮਾਂਡਾਂ ਸਨ। ਹਰ ਇੱਕ ਚਾਹੁੰਦਾ ਸੀ ਅਣਖੀ ਸਾਹਿਬ, ਸਮਾਂ ਸੀਮਤ ਹੈ, ਕੋਈ ਵਧੀਆ ਗੱਲ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਣਾ ਕੇ ਜਾਣੀ ਹੈ। ਮੈਂ ਕਿਹਾ ਸੀ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਡੇ ਉੱਤੇ, ਇਤਿਹਾਸ ਸ਼ੁਰੂ ਆ ਜੀ। ਇੱਕ ਵਾਰੀ ਤੁਹਾਡੀਆਂ ਮਨ ਵਿਰਤੀਆਂ ਮੈਂ ਲਾਹੌਰ ਲੈ ਜਾਵਾਂ, ਲਾਹੌਰ ਮੈਂ ਇੱਕ ਗੱਲ ਦੱਸ ਕੇ ਜਾਵਾਂ। ਠੀਕ ਹੈ ਕਿ 96 ਕਰੋੜ ਹਿੰਦੂ ਵੱਸਦੇ ਨੇ ਹਿੰਦੁਸਤਾਨ ਵਿੱਚ, ਧਿਆਨ ਦਿਓ ਜੀ, 17.5 ਕਰੋੜ ਮੁਸਲਮਾਨ ਹੈ, 4.25 ਕਰੋੜ ਈਸਾਈ ਵੱਸਦੇ ਨੇ ਸਾਡੇ ਹਿੰਦੁਸਤਾਨ ਵਿੱਚ, ਤੇ 2.10 ਕਰੋੜ ਦੀ ਆਬਾਦੀ ਸਿੱਖਾਂ ਦੀ ਆ। ਸਿਰਫ ਐਡੀ ਘੱਟ ਗਿਣਤੀ ਵਿੱਚ ਅਸੀਂ ਵੱਸਦੇ ਹਾਂ, ਪਰ ਰਹਿੰਦੇ ਹਾਂ ਚੜ੍ਹਦੀ ਕਲਾ ਵਿੱਚ, ਕਿਉਂ, ਕਿਉਂਕਿ ਸਾਡੇ ਉੱਤੇ ਕਿਰਪਾ ਹੈ ਧੰਨ ਗੁਰੂ ਕਲਗੀਧਰ ਪਿਤਾ ਦੀ, ਬਖਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ। ਇਸ ਲਈ ਵੀਰੋ ਅਸੀਂ ਚੜ੍ਹਦੀ ਕਲਾ ਦੇ ਵਿੱਚ ਅੱਜ ਲਾਹੌਰ, ਕਲਾਨੌਰ, ਆਗਰਾ ਅਤੇ ਦਿੱਲੀ, ਇਹ 4 ਰਾਜਧਾਨੀਆਂ ਰਹੀਆਂ ਨੇ ਮੁਗਲੀਆ ਸਲਤਨਤ ਦੀਆਂ।
ਸਮੇਂ ਦਾ ਚੱਕਰ ਚੱਲਦਾ ਰਹਿੰਦਾ, ਇਤਿਹਾਸ ਬਦਲਦੇ ਰਹਿੰਦੇ ਨੇ। ਕੋਈ ਦਿਨ ਹੁੰਦਾ ਸੀ ਸਾਡੇ ਉੱਤੇ ਸਾਡੀ ਗਿਣਤੀ 11 ਤੇ ਜਾ ਕੇ ਟੁੱਟ ਜਾਂਦੀ ਸੀ, ਕਿਉਂਕਿ ਲਾਹੌਰ ਦੀ ਧਰਤੀ ਵਿੱਚ ਲਾਹੌਰ ਦਾ ਗਵਰਨਰ ਬਣ ਗਿਆ, ਇਹਦਾ ਨਾਂ ਹੈ ਅਬਦੁਲ ਸਮਦ ਖਾਨ ਦਾ ਪੁੱਤਰ, ਇਹਦਾ ਨਾਂ ਹੈ ਖਾਨ ਬਹਾਦਰ ਜ਼ਕਰੀਆ ਖਾਨ, ਜਿਨ੍ਹਾਂ ਨੇ ਸਿੱਖਾਂ ਨੂੰ ਖਤਮ ਕਰਨ ਦਾ ਤਹੱਈਆ ਕੀਤਾ ਹੈ। ਇਹਨੇ ਲਾਇਆ ਦਰਬਾਰ, ਲੱਗੇ ਹੋਏ ਦਰਬਾਰ ਵਿੱਚ ਐਲਾਨ ਕਰ ਦਿੱਤਾ ਹੈ ਕਿ ਹਿੰਦੁਸਤਾਨ ਦੀ ਧਰਤੀ ਵਿੱਚ ਕੋਈ ਸਿੱਖ ਨਜ਼ਰ ਨਾ ਆਵੇ, ਸਿੱਖਾਂ ਨੂੰ ਮਾਰੋ, ਸਿੱਖਾਂ ਦੇ ਬੱਚਿਆਂ ਨੂੰ ਮਾਰੋ ਤੇ ਜਿਹੜੀਆਂ ਸਿੱਖਾਂ ਨੂੰ ਜਨਮ ਦਿੰਦੀਆਂ ਨੇ ਇਹਨਾਂ ਨੂੰ ਮਾਰੋ। ਪੰਜਾਬ ਦਾ ਪੱਤਾ ਪੱਤਾ ਸਿੱਖਾਂ ਦਾ ਵੈਰੀ ਬਣ ਗਿਆ ਵੀਰੋ। ਜਿਹੜਾ ਸਿੱਖ ਦੀ 10 ਪਾਵੇਗਾ ਉਹਨੂੰ 10 ਰੁਪਏ ਇਨਾਮ, ਜਿਹੜਾ ਸਿੱਖ ਦਾ ਘਰ ਫੂਕੇਗਾ ਉਹਨੂੰ ਲੁੱਟ ਮਾਫ, ਜਿਹੜਾ ਸਿੱਖ ਦਾ ਕਤਲ ਕਰੇਗਾ ਉਹਨੂੰ ਕਤਲ ਮਾਫ, ਜਿਹੜਾ ਸਿੱਖ ਦੀ 10 ਪਾਵੇਗਾ ਉਹਨੂੰ 10 ਰੁਪਏ ਇਨਾਮ ਦਿੱਤੇ ਜਾਣਗੇ, ਆਪਣੇ ਪਰਾਏ ਬਣ ਗਏ। ਕਈਆਂ ਨੇ ਡੈਰੀਆਂ ਦਿੱਤੀਆਂ, ਖਾਸ ਕਰਕੇ ਨਿੱਕ ਨਾਮ ਦਾ ਏ ਹਰ ਭਗਤ ਨਿਰੰਜਣੀਆਂ ਜੰਡਿਆਲੇ ਦੇ ਰਹਿਣ ਵਾਲਾ, ਇਹ ਸਿੱਖਾਂ ਦਾ ਕੱਟੜ ਵੈਰੀ ਬਣ ਗਿਆ। ਇਸੇ ਦਰਬਾਰ ਵਿੱਚ ਕਹਿੰਦੇ ਹਰ ਭਗਤ ਨਿਰੰਜਣੀਆਂ ਬੈਠਾ ਏ, ਉਹ ਹੋਇਆ ਖੜਾ, ਉਹਨੇ ਕਿਹਾ ਹਜ਼ੂਰੀ ਆਲਾ ਮੈਂ ਤੁਹਾਨੂੰ ਇੱਕ 10 ਪਾਉਣ ਲੱਗਿਆ ਸਿੱਖ ਦੀ, ਧਿਆਨ ਦਿਓ ਵੀਰੋ 25 ਸਾਲ ਦੇ ਗੱਭਰੂ ਪੁੱਤ ਦੀ ਮੈਂ ਗੱਲ ਕਰਨ ਲੱਗਿਆ ਤੁਹਾਡੇ ਨਾਲ, ਜਿਹੜਾ ਮਾਂ ਦਾ ਇਕਲੌਤਾ ਪੁੱਤ ਹੈ, ਜਿਹਦਾ ਪਿਤਾ ਮਰ ਚੁੱਕਿਆ ਏ, ਮਾਂ ਨੇ ਸੁੱਖਾਂ ਸੁੱਖ ਕੇ ਉਸ ਨੌਜਵਾਨ ਨੂੰ ਲਿਆ ਏ, ਅੱਜ ਉਹ ਸੇਵਾ ਕਰਦਾ ਸਿੰਘਾਂ ਦੀ, ਅੱਜ ਸੇਵਾ ਕਰਦਾ ਕੌਮ ਦੀ, ਅੱਜ ਸੇਵਾ ਕਰਦਾ ਏ ਸਿੱਖਾਂ ਦੀ। ਕਹਿੰਦੇ ਸੇਵਾ ਕਰਦਿਆਂ ਕਰਦਿਆਂ ਮਨ ਨਿਮਰਲ ਨਿਰਮਲ ਹੋ ਗਿਆ ਏ। ਖਾਨ ਬਹਾਦਰ ਜ਼ਕਰੀਆ ਖਾਨ ਨੇ ਕਿਹਾ ਕੋਈ ਹਰ ਭਗਤ ਨਿਰੰਜਣੀਆਂ 10 ਕੀ ਚਾਹੁਣਾ ਏ, ਕਹਿੰਦਾ ਜੀ ਪੰਜਾਬ ਦੀ ਧਰਤੀ ਵਿੱਚ ਲਾਹੌਰ ਦੇ ਨੇੜੇ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਹੈ, ਉਸ ਪਿੰਡ ਦਾ ਨੌਜਵਾਨ ਏ, ਉਹ ਆਏ ਗਏ ਸਿੰਘਾਂ ਦੀ ਸੇਵਾ ਕਰਦਾ ਏ, ਜੰਗਲਾਂ ਵਿੱਚ ਪ੍ਰਸ਼ਾਦਾ ਛਕਾਉਂਦਾ ਸਿੰਘਾਂ ਨੂੰ, ਉਹਨੂੰ ਫੜ ਕੇ ਲਿਆਓ, ਕਿਉਂਕਿ ਉਸੇ ਬੰਦੇ ਨੇ ਉਸੇ ਸਿੰਘ ਨੇ ਯਾਫਰ ਬੇਗ ਪੱਟੀ ਦੇ ਨਵਾਬ ਦਾ ਕਤਲ ਕੀਤਾ ਏ। ਕਹਿੰਦੇ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਸੱਤੇ ਕੱਪੜੀ ਲੱਗ ਗਈ ਅੱਗ, ਉਹਨੇ 2000 ਦਿੱਤੀਆਂ ਫੌਜ, ਫੌਜਦਾਰ ਹੋਇਆ ਘੋੜੇ ਤੇ ਸਵਾਰ, ਕਹਿੰਦੇ ਮੰਜਲਾਂ ਮਾਰਦਾ ਇੱਕ ਛੋਟੇ ਜਿਹੇ ਨਗਰ ਵਿੱਚ ਜਾ ਪਾਇਆ ਘੇਰਾ। ਇਸ ਨਗਰ ਵਿੱਚ ਉਹ ਸਿੱਖ ਰਹਿੰਦਾ ਸੀ ਵੀਰੋ, ਜਿਹਦਾ ਦੁਨੀਆਂ ਉੱਤੇ ਨਾਂ ਸੀ, ਪਿੰਡਾਂ ਵਿੱਚ ਨਾਂ ਸੀ, ਸੱਚਾ ਸਿੱਖ ਸੀ। ਜਦੋਂ ਪਤਾ ਲੱਗਿਆ, ਕਹਿੰਦੇ ਪੰਚਾਇਤ ਨੂੰ ਬੁਲਾਇਆ, ਪੁੱਛਿਆ ਗਿਆ ਕਿ ਇਸੇ ਨਗਰ ਵਿੱਚ ਇੱਕ ਨੌਜਵਾਨ ਰਹਿੰਦਾ ਏ ਜਿਹਦਾ ਨਾਂ ਹੈ ਤਾਰੂ ਸਿੰਘ, ਕਿੱਥੇ ਹੈ ਤਾਰੂ ਸਿੰਘ? ਕਹਿੰਦੇ ਮੁਖੀ ਨੇ ਦੱਸਿਆ ਜਨਾਬ ਤਾਰੂ ਸਿੰਘ ਆਪਣੇ ਘਰ ਨਹੀਂ, ਉਹਦੀ ਬੁੱਢੜੀ ਮਾਂ ਏ, ਇੱਕ ਉਹਦੀ ਨੌਜਵਾਨ ਭੈਣ ਹੈ, ਉਹ ਖੇਤਾਂ ਵਿੱਚ ਕੰਮ ਕਰੀ ਜਾਂਦਾ ਏ। ਕਹਿੰਦੇ ਗਈ ਆ ਪੁਲਿਸ ਘੋੜਿਆਂ ਤੇ ਸਵਾਰ, ਭਾਈ ਤਾਰੂ ਸਿੰਘ ਖੇਤਾਂ ਵਿੱਚ ਕਰਦਾ ਕੰਮ, ਇਹਨੂੰ ਜਾ ਕੇ ਪਕੜਿਆ ਗਿਆ ਕਿ ਤਾਰੂ ਸਿੰਘ ਤੈਨੂੰ ਲਾਹੌਰ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਏ। ਤਾਰੂ ਸਿੰਘ ਕਹਿੰਦਾ ਮੇਰਾ ਦੱਸੋ ਦੋਸ਼ ਕੀ ਹੈ? ਕਹਿੰਦੇ ਤੇਰੇ ਦੋਸ਼ ਦਾ ਸਾਨੂੰ ਕੋਈ ਪਤਾ ਨਹੀਂ, ਖਾਨ ਬਹਾਦਰ ਜ਼ਕਰੀਆ ਖਾਨ ਦੱਸੇਗਾ, ਪਰ ਤੈਨੂੰ ਫੌਜਦਾਰ ਨੇ ਬੁਲਾਇਆ ਏ। ਕਹਿੰਦੇ ਹੱਥਾਂ ਨੂੰ ਹੱਥਕੜੀਆਂ, ਪੈਰਾਂ ਵਿੱਚ ਬੇੜੀਆਂ, ਗਲ ਵਿੱਚ ਤੌਕ ਹੈ, ਲਈ ਆਉਂਦੇ ਨੇ ਤਾਰੂ ਸਿੰਘ ਨੂੰ, ਪਰਉਪਕਾਰੀ ਤਾਰੂ ਸਿੰਘ। ਕਹਿੰਦੇ ਪੂਲੇ ਨਗਰ ਦੀ ਸੱਥ ਵੱਲ ਆ ਰਿਹਾ ਏ, ਤਾਰੂ ਸਿੰਘ ਦੀ ਭੈਣ ਕਿਸੇ ਗਵਾਂਢਣ ਕੋਲੇ ਕੁੜੀਆਂ ਕੋਲੇ ਬੈਠੀ ਹੈ। ਇੱਕ ਕੁੜੀ ਨੇ ਦੱਸਿਆ ਨੀ ਤਾਰੋ, ਨੀ ਤਾਰੋ, ਆ ਵੇਖ ਤੇਰੇ ਵੀਰ ਨੂੰ ਪੁਲਿਸ ਲਈ ਆਉਂਦੇ ਆ ਪੁਲਿਸ। ਕਹਿੰਦੇ ਜਦੋਂ ਆਪਣਾ ਵੀਰ 25 ਸਾਲ ਦਾ ਦੇਖਿਆ, ਇਹਦੀਆਂ ਚੀਕਾਂ ਨਿਕਲ ਗਈਆਂ, ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਭੱਜੀ ਆਈ ਆਪਣੀ ਮਾਂ ਕੋਲੇ, ਬੁੱਢੀ ਮਾਂ ਬੈਠੀ ਆ ਮੰਜੇ ਤੇ, ਜਿਹਨੂੰ ਜਿਹਦੀ ਰੋਸ਼ਨੀ ਅੱਖਾਂ ਦੀ ਘੱਟ ਹੈ, ਸੁਣਦਾ ਵੀ ਘੱਟ ਹੈ, ਇਹਨੇ ਆਵਾਜ਼ ਮਾਰੀ ਆ ਮਾਂ 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 ਦੀ ਆਵਾਜ਼ ਸੁਣ ਕੇ ਮਾਂ ਖੜੀ ਹੋਈ ਹੈ ਸੋਟੀ ਦੇ ਸਹਾਰੇ ਨਾਲ, ਬੇਟਾ ਕੀ ਗੱਲ ਹੈ, ਰੋਂਦੀ ਕਿਉਂ ਮਾਂ? ਮੇਰੇ ਵੀਰ ਨੂੰ ਪੁਲਿਸ ਲਈ ਆਉਂਦੀ ਹੈ, ਲਾਹੌਰ ਦੀ ਸੱਥ ਵੱਲ ਲਈ ਜਾਂਦੀ ਹੈ, ਨਾਲ ਪੁਲਿਸ ਵਾਲੇ ਨੇ, ਹੋਰ ਕੋਈ ਨਹੀਂ। ਮਾਂ ਚੱਲ ਛੇਤੀ ਚੱਲੀ ਜਾ ਮੇਰੇ ਵੀਰ ਕੋਲੇ, ਮੇਰੇ ਵੀਰ ਤੋਂ ਕੀ ਕਸੂਰ ਹੋ ਗਿਆ ਏ, ਕਿਹਦਾ ਕਤਲ ਕੀਤਾ ਉਹਨੇ? ਉਹਦੇ ਹੱਥਾਂ ਨੂੰ ਹੱਥਕੜੀਆਂ ਲੱਗੀਆਂ ਨੇ, ਮੁਸ਼ਕਾਂ ਬੰਨੀਆਂ ਹੋਏ ਨੇ। ਭਾਈ ਤਾਰੂ ਸਿੰਘ ਦੀ ਭੈਣ
दोने हाथ जोड़ के रो के अपनी मां नु कुछ गल्ला दर्द भरिया हे आ दस रही है जी। ਵੀਰ ਨਤਾਈ ਬੰਨੀ ਜਾਣ ਪਠਾਣ ਕੁੜੇ ਬੰਨੀ ਜਾਣ ਪਠਾਣ ਕੁੜੇ ਮਾਂ ਮੇਰੇ ਚੰਨ ਵੀਰ ਨਤਾਈ ਬੰਨੀ ਜਾਣ ਪਠਾਣ ਕੁੜੇ ਬੰਨੀ ਜਾਣ ਪਠਾਣ ਕੁੜੇ ਮਾਂ ਕੋਣੇ ਜਾ ਤਾਰੋ ਕਹਿੰਦੀ ਦਰਦ ਭਰੇ ਵੇ ਜਿਹੜੇ ਨੂੰ ਦਰਦ ਭਰੇ ਵੇ ਜਿਹੜੇ ਨੂੰ ਦੁੱਖ ਭੋਗਣੇ ਪੈ ਗਏ ਮਾਤਾ ਤੇਰੇ ਮੱਖਣ ਭੇੜੇ ਨੂੰ ਤੇਰੇ ਮੱਖਣ ਭੇੜੇ ਨੂੰ ਐਡਾ ਜ਼ੁਲਮ ਕਦੇ ਨਾ ਡਿੱਠਾ ਚੜਦੇ ਰਹੇ ਤੂਫਾਨ ਕੁੜੇ ਚੜਦੇ ਰਹੇ ਤੂਫਾਨ ਕੁੜੇ ਮਾਂ ਮੇਰੇ ਚੰਨ ਵੀਰ ਨਤਾਈ ਬੰਨੀ ਜਾਣ ਪਠਾਣ ਕੁੜੇ ਬੰਨੀ ਜਾਣ ਪਠਾਣ ਕੁੜੇ ਹੁਕਦ ਕਿਸੇ ਦੀ ਚੰਗੀ ਮਾੜੀ ਚੰਨ ਵੀਰੇ ਨੇ ਕਦੇ ਕਿਸੇ ਦੀ ਚੰਗੀ ਮਾੜੀ ਕਿਤਨਾ ਚੰਨ ਵੀਰੇ ਨੇ ਸੇਵਾ ਦੇ ਵਿੱਚ ਸੁਰਤ ਟਕਾਈ ਤੇਰੀ ਕੁੱਖ ਦੇ ਹੀਰੇ ਨੇ ਸੇਵਾ ਦੇ ਵਿੱਚ ਸੁਰਤ ਟਕਾਈ ਤੇਰੀ ਕੁੱਖ ਦੇ ਹੀਰੇ ਨੇ ਝੂਠੀ ਤੋਮਤ ਲਾਉਣ ਵਾਸਤੇ ਬੰਦੇ ਬੜੇ ਸ਼ੈਤਾਨ ਕੁੜੇ ਬੰਦੇ ਬੜੇ ਸ਼ੈਤਾਨ ਕੁੜੇ ਮਾਂ ਮੇਰੇ ਚੰਨ ਵੀਰ ਨਤਾਈ ਬੰਨੀ ਜਾਣ ਪਠਾਣ ਕੁੜੇ ਬੰਨੀ ਜਾਣ ਪਠਾਣ ਕੁੜੇ ਅੱਗੇ ਜਾਂਦੇ ਤੋਰੀ ਨੀ ਪਿੱਛੇ ਲੱਗ ਜਮਦੂਤਾਂ ਵਾਂਗੂ ਅੱਗੇ ਜਾਂਦੇ ਤੋਰੀ ਨੀ ਹੋਈ ਅੱਖਣਕਾਂ ਤੋਂ ਹੌਲੀ ਤੁਰਦੇ ਅੱਖਣਕਾਂ ਤੋਂ ਹੌਲੀ ਤੁਰਦੇ ਅੱਖਣਕਾਂ ਤੋਂ ਹੌਲੀ ਤੁਰਦੇ ਖੇਤੀ ਕਦਮ ਉਠਾਉਣ ਕੁੜੇ ਖੇਤੀ ਕਦਮ ਉਠਾਉਣ ਕੁੜੇ ਮਾਂ ਮੇਰੇ ਚੰਨ ਵੀਰ ਨਤਾਈ ਜਾਣ ਪਠਾਣ ਕੁੜੇ ਬੰਨੀ ਜਾਣ ਪਠਾਣ ਕੁੜੇ ਪੇਸ਼ ਕਰਨਗੇ ਸੂਬੇ ਤੇ ਜਾ ਕਾਜੀ ਫਤਵਾ ਲਾਊਗਾ ਤੇਰੇ ਜਿਸਮ ਜਗਰ ਦਾ ਟੁਕੜਾ ਬਹੁਤ ਕਸ਼ਟ ਉਠਾਊਗਾ ਤੇਰੇ ਜਿਸਮ ਜਗਰ ਦਾ ਟੁਕੜਾ ਬਹੁਤ ਕਸ਼ਟ ਉਠਾਊਗਾ ਛੱਡ ਦੇ ਸਿੱਖੀ ਕਹਿੰਦੇ ਪਾਪੀ ਹੋ ਜਾ ਮੁਸਲਮਾਨ ਕੁੜੇ ਹੋ ਜਾ ਮੁਸਲਮਾਨ ਕੁੜੇ ਮਾਂ ਮੇਰੇ ਚੰਨ ਵੀਰ ਨਤਾਈ ਬੰਨੀ ਜਾਣ ਪਠਾਣ ਕੁੜੇ ਬੰਨੀ ਜਾਣ ਪਠਾਣ ਕੁੜੇ ਚੱਲ ਹੁਣ ਛੇਤੀ ਮੇਲਾ ਕਰੀਏ ਕਿਉਂ ਇੰਨਾ ਚਿਰ ਲਾਇਆ ਏ ਚੱਲ ਹੁਣ ਛੇਤੀ ਖੜਾ ਕੇ ਕਈ ਮਹੀਨੇ ਅਣਖੀ ਸੀਰ ਚੁੰਘਾਇਆ ਏ ਗੋਦ ਖੜਾ ਕੇ ਕਈ ਮਹੀਨੇ ਅਣਖੀ ਸੀਰ ਚੁੰਘਾਇਆ ਏ ਕਿੰਦਰ ਸਿੰਘ ਗਵਾਨਾ ਦੇਵਣ ਦੇਵਣ ਉਸ ਨੂੰ ਜਾਣ ਕੁੜੇ ਦੇਵਣ ਉਸ ਨੂੰ ਜਾਣ ਕੁੜੇ ਮਾਂ ਮੇਰੇ ਚੰਨ ਵੀਰ ਨਤਾਈ
बुजुर्ग मां अपनी नौजवान धी नूं लैके अपने पुत्र वाल आ रही है। तारू सिंह पूले नगर की सत्थ विच बैठा है। ध्यान दिओ, इत्थे मैं जिहड़ी गल करांगा ध्यान नाल सुन लैणी आ वीरो। साडियां मावां भैणां वी बैठियां ने दीवान दे विच। कहिंदे मां पहुंची है, दारू सिंह नूं पता लग गया मेरी मां आ गई। खड़ा होया, आई आ मां नेड़े, मां तू क्यों आई है इत्थे? ते मां दा सवाल सी, बे पुत्रा मैं पुछण लगी हां तैनू क्यों पुलिस ने फड़ लिया? मां मैनू तां कुछ नहीं पता मैनू क्यों फड़िया है, बस इन्नी गल कहण दी देर सी। कहिंदे सूबेदार दा भेजा होया फौजदार कहिंदा, मां ए मैं दसण लग्या है तेरे नौजवान पुत्र नूं क्यों फड़िया है। मां कहिंदी आ, दस ए सूबेदारा अज मेरे तारू सिंह नूं क्यों फड़िया है? मां झूठ तां नहीं बोलदी? ध्यान दिओ जी, हुण मां नूं फौजदार ते जलाद पुछदे सिपाही, अफसर पुछदे ने, मां झूठ तां नहीं बोलेंगी? झूठ झूठ तां नहीं बोलेंगी? मां कहिंदी आ, मैं सच बोलांगी सच। फिर मां तू इउं दस, तू प्रशादे पकाउणी है, तेरी धी तेरा नौजवान पुत्र जंगलां दे विच उहनां खाड़कू सिंघां नूं चढ़दी कला वाले जथेदारां नूं प्रशादे छकाउंदे आ कि नहीं छकाउंदे, इउं दस। मां ने सच बोलिया, फौजदारा ठीक है, मेरी धी मेरा पुत्र जाके सिंघां दी जंगलां च सेवा करदे ने, प्रशादे छकाउंदे ने, कोई गुनाह नहीं, सच है। फिर मां दूजरी गल, इत्थे आके फैसला है, तेरे सच दा पता लग जावेगा। फिर मां इउं दस, तेरे तारू सिंह ने पट्टी दे नवाब याफर वेग दा कतल कीता कि नहीं कीता? इत्थे आके गल वीरो किड्डी वड्डी गल है। हुण मां ने इह नहीं कहा के नहीं कीता, मां अपने पुत्र नूं बचा ही सकदी सी, पर मां परपक सी सिक्खी दे विच। फौजदारा ठीक है तेरी गल, मेरे पुत्र ने जाफर वेग दा कतल कीता है, कदे सोचा भी कतल क्यों कीता है? क्यों कीता? फिर मां दस क्यों कीता है? क्योंकि पट्टी दे नवाब जाफर वेग ने एक रहीम बख्श दी, रहीम खां मुसलमान दी धी नूं वे जबरदस्ती अपने महलां विच चल जा के निकाह पढ़ाउंदा सी। ओ बुजुर्ग बाबे दी किसे ने गल ना सुनी, लाहौर भी पहुंचिया, कचहरी विच पिटिया, ओनू धक्के मार के बाहर कढ़िया गया। अखीर डिगदा टहिंदा पुछदा पुछाउंदा मेरे पुत्र तारू सिंह कोले पहुंचिया, ते तारू सिंह ने कहा, बाबा तेरी जे किसे ने मदद नहीं की, गुरु का खालसा करेगा? मेरे पुत्र ने एक मुसलमान की धी नूं छड़ा के उस पापी नूं दंड दिता है, मारिया उस पापी नूं। अकवाल कर दिया, ठीक है, कबूल दी है गल मैं। फिर मां तेरे पुत्र ते दो देश सिद्ध हो चुके ने, सिद्ध हो चुके ने, तेरे पुत्र नूं लाहौर की कचहरी विच अदालत विच ले जाना पवेगा। जदों लाहौर की अदालत की गल चली ते मां कहंदी है, वे तारू सिंह पुत्रा एक बारी खड़ा हो ते मेरी छाती ना लग, मेरी बक्स जफी विच आ। मां की कहना चाहुंदी है तू? ध्यान दो भैणो, हुण एक बुजुर्ग मां 25 साल दे पुत्र नूं सिख्या दिंदी है, पुत्रा बस मैं यही चाहुंदी है कि तेरी सिक्खी केसां ते सवासां नाल निभणी चाहीदी है, केसां ते सवासां नाल। तारू सिंह दे, मैं तेनू प्यो वाला, मां वाला, भैन वाला हर एक प्यार पाके, प्यार दे के लड़ा के लाड़, वे तेनू मैं 25 साल दा नौजवान गभरू पुत कर लिया है। मैं चाहुंदी सी कि तू मेरे बुढ़ापे दा सहारा बनेगा, पर पुत्रा मेरे बुढ़ापे दे सहारे नालों वे मैनू सिक्खी प्यारी है। तू जाना पुत लाहौर, ते जदों लाहौरों कोई खबर आवे बस यही खबर आवे कि तारू सिंह सिक्खी केसां ते सवासां नाल नवाउंदा होया शहीद हो गया। ध्यान दो वीरो,
मैं प्रसंग क्यों शुरू किया है। नौजवान बैठे ने कुछ फरमाइशा मेरे को पूरिया करागा मैं तुहाडियां चढ़ती कला वालियां। ये भी चढ़ती कला वाला इतिहास है, अपनाओगे सुनोगे पता लगेगा सानू साडे नौजवानों की जिंदगी बदलेगी, साडी आने वाली जनरेशन नू पता लगेगा कि साडे बजुर्ग बाद ने किटियां कुर्बानियां कीतियां ने। हुण तुरन लग्या तारू सिंह नू गड्डे विच बिठा लिया ते मां अपने पुत्र नू देखदी है, इशारा कीता तारू सिंह ने फौजदार नू, फौजदार एक मिनट रुक जा, एक मिनट दस तारू साहब की गल है, बस एक मिनट रुक जाए, मैं मेरी मां को द्वारा मिलिया वा। मां भी चाहती सी कि बेटा एक बार अपनी मां को आके सीने ना लग के जाई, वे पता नहीं मदो मिलांगे जा ना मिलांगे। तारू सिंह उतरा गड्डे चो, फौजदार खड़ गया पासे, पुलिस होगी पासे, ते मां ने कुटके पाके जफी दे के प्यार जांदी बार अपने पुत्र नु कुछ गल्ला हे आ समझातियां। ਸਿੱਖਿਆ ਹੈ ਆ ਦੇ ਰਹੀ ਆ ਜੀ ਕਈਆਂ ਨੇ ਹੱਸ ਕੇ ਮੌਤ ਖਰੀਦੀ ਉਸੀ ਨਾ ਆਖੀ ਤੇਰੇ ਤਨ ਤੇ ਫਿਰ ਨ ਪਾਪੀ ਰੰਦਾ ਸਿੱਖੀ ਤੋਂ ਨਾ ਖਰਚ ਹੋਦੀ ਪੁੱਤ ਤਾਰੂ ਸਿਆ ਚੰਦਾ ਸਿੱਖੀ ਤੋਂ ਨਾ ਖਰਚ ਹੋਦੀ ਪੁੱਤ ਤਾਰੂ ਸਿਆ ਚੰਦਾ ਗੁਰੂ ਅਰਜਨ ਦੇ ਵਾਂਗੂ ਤੇਰੇ ਧਰਨ ਸੀਸ ਤੇ ਆਰਾ ਤੂੰ ਫੜਾ ਕਰਵਾਲੀ ਪਾਵੇ ਛੱਡ ਕਰ ਰਹੀ ਜਕਾਰਾ ਤੂੰ ਫੜਾ ਕਰਵਾਲੀ ਪਾਵੇ ਛੱਡ ਕਰ ਰਹੀ ਜਕਾਰਾ ਉਹ ਹੱਸ ਕੇ ਕਹੀ ਦਿਲਾਂ ਦਾ ਤਾਈ ਦਿਖਾ ਕਰ ਲੋ ਦੰਦਾ ਸਿੱਖੀ ਤੋਂ ਨਾ ਉਹ ਸਿੱਖੀ ਤੋਂ ਨਾ ਖਰਚ ਹੋਦੀ ਪੁੱਤ ਤਾਰੂ ਸਿਆ ਚੰਦਾ ਸਿੱਖੀ ਤੋਂ ਨਾ ਖਰਚ ਹੋਦੀ ਪੁੱਤ ਤਾਰੂ ਸਿਆ ਚੰਦਾ ਇੱਕ ਸ਼ਹੀਦ ਦੀ ਗੱਲ ਚੱਲ ਰਹੀ ਹੈ ਵੀਰੋ ਤੁਹਾਡੇ ਨਾਲ ਸ਼ਹੀਦ ਦੀ ਉਹ ਸ਼ਹੀਦ ਜਿਹਨੂੰ ਪਰਉਪਕਾਰੀ ਕਹਿੰਦੇ ਨੇ ਪਰਉਪਕਾਰੀ ਮੈਂ ਕੁਝ ਗੱਲਾਂ ਪੜ੍ਹ ਰਿਹਾ ਸੀ ਰਾਤ ਧਿਆਨ ਦਿਓ
कमाल कर दी कवि ने, वह कहता वे सिख कौम के बलिदान का बेनती करा सुन वाली गल है, सिख कौम के बलिदान का पुछो बज बचा के पुछो वो किनिया सी शहीदियां पाइया कोई अंदाजा ला के पुछो, मां गुजरी नाल की गुजरी सी कदे ठंडे बुरज विच जाके पुछो, भाई दयाले दे देगे दा जला को चक्कन ला के पुछो, सुनिया मौत बड़ी है अड़ियल मौत अगे भी अड़े खाल से भट्ठियां दे विच सड़े खाल से देगां दे विच कड़े खाल से, ओ सारी मुगल हकूमत चढ़ गई पर एक पता नहीं चढ़े खाल से क्यों नहीं चढ़िया सी, ध्यान दियो क्योंकि साड़ी जिंद अकाल तख्त है, साड़ी जान अकाल तख्त है, अकाल तख्त तो कंड लगे वो की है साड़ी भुल नहीं है, अकाल तख्त वेल सिख कौम का दो कोटी भी मुल नहीं है, हुण मां अपने पुत्र नू सिखी जज्बे विच परपक कर रही है, हस के कहीं दिला दाता दिखा कर लो दंगा, सुखी तो ना खारिज हो दी पत तारू से चंदा, सुखी तो ना खारिज हो दी पत तारू से चंदा, गुरु गोबिंद सिंह दे प्यारे तू तन मन कर दी भेटा, दुनिया ते ना रोशन रह जू इथे ओथे तेना रोशन रह जू इथे ओथे बेटा, ओ किंदर बूटा मस्त वीर जी गुण जोड़ के शंदा, सिखी तो ना ओ सिखी तो ना खारिज हो जी पुत तारू से चंदा, सिखी तो ना खारिज हो जी पुत तारू से चंदा, पुत तारू से ਧੂੜ ਨਾਲ ਇੱਕ ਮਾਂ ਦਾ 25 ਸਾਲ ਦਾ ਗੱਭਰੂ ਪੁੱਤ ਪੈਣੋ ਇਹ ਸਕੂਲੇ ਨਗਰ ਵਿੱਚੋਂ ਲੋਪ ਹੋ ਗਿਆ, ਮਾਂ ਘਰੇ ਆ ਗਈ ਤੇ ਪੁੱਤਰ ਲਾਹੌਰ ਦੀ ਅਦਾਲਤ ਵਿੱਚ ਪਹੁੰਚ ਗਿਆ, ਅਦਾਲਤ ਵਿੱਚ ਯਕਰੀਆ ਖਾਨ ਦੀ ਲੱਗੀ ਹੈ ਕਚਹਿਰੀ, ਸਿੰਘ ਨੂੰ ਬੁਲਾਇਆ ਗਿਆ, ਤੇਰਾ ਨਾਂ ਤਾਰੂ ਸਿੰਘ ਹੈ? ਜੀ ਹਾਂ ਤਾਰੂ ਸਿੰਘ ਹੈ, ਕਿਉਂਕਿ ਮੇਰੇ ਫੌਜਦਾਰ ਨੇ ਦੱਸ ਦਿੱਤਾ ਤਾਰੂ ਸਿਆਂ ਤੇਰੇ ਉੱਤੇ ਦੋ ਸ਼ਹਿਦ ਹੋ ਚੁੱਕੇ ਨੇ, ਧਿਆਨ ਦਿਓ ਵੀਰੋ ਦੁਨੀਆਂ ਉੱਤੇ ਗੱਲ ਮਰਦਾਂ ਦੀ ਚੱਲਦੀ ਹੈ ਯੋਧਿਆਂ ਦੀ ਚੱਲਦੀ ਹੈ, ਅੱਜ ਤੱਕ ਤਿੰਨ ਮਰਦ ਹੋਏ ਨੇ, ਤਿੰਨ ਮਰਦ ਦੁਨੀਆਂ ਉੱਤੇ ਕਹਿਣੀ ਅਤੇ ਕਰਨੀ ਦੇ ਪੂਰੇ, ਕਿਉਂਕਿ ਦੇਣ ਹੈ ਸਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀ, ਉਹਨਾਂ ਦੇ ਪੁੱਤਰਾਂ ਦੀ, ਪਰਿਵਾਰ ਦੀ, ਸ਼ਹੀਦਾਂ ਦੀ, ਪਰ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਮਰਦਾ ਹੈ ਜਿਹਨੇ ਸਾਨੂੰ ਜ਼ਮੀਨਾਂ ਦਾ ਮਾਲਕ ਬਣਾਇਆ, ਸਿੱਖ ਰਾਜ ਦਾ ਝੰਡਾ ਚੜਾਇਆ, ਸਿੱਖ ਰਾਜ ਦੀ ਨਿਉ ਰੱਖ ਦਿੱਤੀ, ਇਹਦਾ ਨਾਂ ਹੈ ਬਾਬਾ ਬੰਦਾ ਸਿੰਘ ਬਹਾਦਰ। ਕਹਿਣੀ ਅਤੇ ਕਰਨ ਵਿੱਚ ਪੂਰਾ ਉਤਰਿਆ ਹੁਣ ਤੱਕ ਵੀਰੋ, ਜਦੋਂ ਦੂਸਰੇ ਮਰਦ ਦਾ ਨਾਂ ਚੱਲੇਗਾ, ਯੋਧੇ ਦਾ ਨਾਂ ਚੱਲੇਗਾ, ਰਾਜੇ ਦਾ ਨਾਂ ਚੱਲੇਗਾ, ਜਿਹਨੇ 50 ਸਾਲ ਸਿੱਖਾਂ ਦਾ ਰਾਜ ਚਲਾਇਆ, ਲਾਹੌਰ ਦੀ ਰਾਜਧਾਨੀ ਉੱਤੇ 50 ਸਾਲ ਲਗਾਤਾਰ ਤੁਹਾਡੇ ਕੇਸਰੀ ਝੰਡੇ ਝੁਲਦੇ ਰਹੇ, ਇਹਦਾ ਨਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਉਹ ਜਦੋਂ ਤੁਸੀਂ ਤੀਸਰੇ ਜਰਨੈਲ ਦੀ ਗੱਲ ਚੱਲੇਗੀ, ਜਿਹੜੇ ਕਹਿਣੀ ਅਤੇ ਕਰਨੀ ਵਿੱਚ ਪੂਰੇ ਉਤਰੇ ਨੇ, ਇਹਨਾਂ ਦਾ ਨਾਂ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਿਹੜੇ ਕਹਿਣੀ ਅਤੇ ਕਰਨੀ ਵਿੱਚ ਪੂਰੇ ਉਤਰੇ ਨੇ ਅੱਡ ਤੱਕ। ਗੱਲ ਵੀਰੋ
ਗੱਲ ਚੱਲਦੀ ਆ ਵੀਰੋ ਮਰਦਾਂ ਦੀ, ਕਿਉਂਕਿ ਇੱਕ ਪੰਜਾਬੀ ਦਾ ਰੈਕਟਰ ਲਿਖਦਾ ਹੈ, ਉਹ ਕਹਿੰਦਾ ਵਾ ਜੇਕਰ ਜ਼ਿੰਦਗੀ ਆ ਉਹ ਸ਼ੇਰ ਦੀ ਹੈ, ਚਾਰ ਜਣੀ ਭਾਵੇਂ ਬੁੱਕਦਾ ਏ, ਬੇਖੌਫ ਰਹਿੰਦਾ ਧੌਣ ਚੁੱਕਦੀ ਨਾ, ਉਹ ਕਦੇ ਗਿੱਦੜਾ ਵਾਂਗ ਨਾ ਲੁਕਦਾ ਏ, ਜਿਹਨੇ ਪਾਉਣਾ ਹੈ ਮਿੱਥੇ ਨਿਸ਼ਾਨਿਆਂ ਨੂੰ ਉਹ ਬੇਤੁਹਾਨ ਨਾ ਰੁਕਦਾ ਏ, ਕਿਸੇ ਮੜੀ ਤੇ ਫੁੱਲ ਹਮੇ ਚੜਦੇ ਤੇ ਕਿਸੇ ਕਬਰ ਤੇ ਜੱਗ ਪਿਆ ਠੁਕਦਾ ਏ। ਤਾਰੂ ਸਿੰਘ ਮੇਰਾ ਨਾਂ ਏ। ਤਾਰੂ ਸਿਆਂ ਅੱਜ ਤੇਰੇ ਨਾਲ ਕੋਈ ਬਹੁਤੀ ਗੱਲ ਨਹੀਂ ਕਰਨੀ, ਬਸ ਇੰਨੀ ਗੱਲ ਹੈ ਨੌਜਵਾਨਾਂ ਤੇਰੀ ਜਵਾਨੀ ਤੇ ਤਰਸ ਆ ਰਿਹਾ ਮੈਨੂੰ, ਇਸਲਾਮ ਦੇ ਦਾਇਰੇ ਵਿੱਚ ਆ ਜਾ, ਹਰ ਇੱਕ ਸਹੂਲਤ ਮਿਲੇਗੀ ਤੈਨੂੰ, ਜੇ ਨਾ ਮੰਨੇਗਾ ਮੌਤ ਤਿਆਰ ਹੈ। ਮੋੜ ਦਿੱਤਾ ਵਾਪਸ। ਪੰਜ ਦਿਨ ਲਗਾਤਾਰ ਧਿਆਨ ਦਿਓ ਵੀਰੋ, ਸਿੱਖ ਨੂੰ ਪੰਜ ਦਿਨ ਤੁਸੀਂ ਇਹ ਦਿੱਤੇ ਗਏ ਪੰਜ ਦਿਨ। ਦੂਸਰਾ ਦਿਨ ਚੜਿਆ ਤਾਰੂ ਸਿਆਂ ਮੇਰੀ ਗੱਲ ਚੇਤੇ ਆਈ, ਸੱਤ ਕਾਜੀ ਕੋਲੇ ਨੇ ਵੱਡਾ ਕਾਜੀ ਆਇਆ, ਓ ਤਾਰੂ ਸਿਆਂ ਤੇਰੀ ਮੌਤ ਮੋੜ ਦਿੱਤੀ ਜਾਵੇਗੀ। ਤਾਰੂ ਸਿੰਘ ਕਹਿੰਦਾ ਗਲਤ ਹੈ ਕਾਜੀ ਤੂੰ, ਤੂੰ ਮੇਰੀ ਮੌਤ ਨਹੀਂ ਮੋੜ ਸਕਦਾ, ਤੇਰੇ ਹੱਥ ਵਿੱਚ ਕੁਛ ਨਹੀਂ, ਜੇ ਮਰਦਾਂ ਵਾਲੀ ਮੌਤ ਮਰਨ ਵਾਸਤੇ ਆਇਆ ਮੈਂ। ਤਾਰੂ ਸਿਆਂ ਸਿੱਖੀ ਦਾ ਪੱਲਾ ਛੱਡ ਦੇ, ਨਹੀਂ ਛੱਡਾਂਗਾ ਸਿੱਖੀ ਦਾ ਪੱਲਾ, ਕਿਉਂ? ਕਿਉਂਕਿ ਮੇਰੀ ਮਾਂ, ਧਿਆਨ ਦਿਓ ਵੀਰੋ, ਓਏ ਕਾਜੀ ਇੱਕੋ ਇੱਕ ਮੇਰੀ ਮਾਂ ਹੈ ਰੱਬ ਵਰਗੀ ਮਾਂ, ਮਾਂ ਭੈਣੋ ਮੈਂ ਇੱਕ ਰਾਤ ਮਾਂ ਦੀ ਗੱਲ ਪੜ੍ਹ ਰਿਹਾ ਸੀ, ਇੱਕ ਪਾਕਿਸਤਾਨ ਦਾ ਕਵੀ ਹੋਇਆ, ਛੋਟੀ ਜਿਹੀ ਗੱਲ ਸੁਣਾ ਜਾਵਾਂ। ਇੱਕ ਮਾਸਟਰ ਕੋਲੇ ਬੈਠਾ, ਛੋਟਾ ਜਿਹਾ ਬੱਚਾ ਬੈਠਾ, ਮਾਂ ਬੈਠੀ ਆ, ਗੱਲਾਂ ਕਰ ਰਹੇ ਨੇ, ਹੁਣ ਜੇ ਸਤਿਕਾਰ ਕਰੋਗੇ ਮਾਂ ਦਾ ਗੱਲ ਸੁਣਨ ਵਾਲੀ ਹੈ ਪੱਲੇ ਬੰਨ ਲਿਓ। ਮਾਸਟਰ ਜੀ ਕਹਿਣ ਲੱਗੇ, ਮਾਂ ਬੱਚੇ ਨੂੰ ਸੰਬੋਧਨ ਕਰਦੇ ਨੇ, ਕਹਿੰਦੇ ਕਿਆਮਤ ਆਉਣ ਵਾਲੀ ਹੈ, ਕਿਆਮਤ ਮੁਸਲਮਾਨੀ ਮਤਲਬ ਭਾਸ਼ਾ ਦੇ ਵਿੱਚ ਕਿਆਮਤ ਆਉਣ ਵਾਲੀ ਹੈ, ਕੋਈ ਭੁਚਾਲ ਆਉਣ ਵਾਲਾ। ਤੇ ਨਾਲ ਦੀ ਨਾਲ ਕਹਿਣ ਲੱਗਿਆ ਕਿ ਮਾਂ ਦੇ ਪੈਰਾਂ ਥੱਲੇ ਜੰਨਤ ਹੁੰਦੀ ਹੈ, ਜੰਨਤ ਸਵਰਗ ਹੁੰਦਾ ਮਾਂ ਦੇ ਪੈਰਾਂ ਥੱਲੇ। ਛੋਟਾ ਜਿਹਾ ਬੱਚਾ ਸੁਣ ਰਿਹਾ ਸੀ, ਉਹ ਕਹਿੰਦਾ ਮਾਸਟਰ ਜੀ ਜੇ ਕਿਆਮਤ ਆਵੇਗੀ ਭੁਚਾਲ ਆਵੇਗਾ ਤੇ ਮੈਂ ਭੱਜ ਕੇ ਮੇਰੀ ਮਾਂ ਦੇ ਪੈਰਾਂ ਥੱਲੇ ਚਲਿਆ ਜਾਊਂ, ਫਿਰ ਤਾਂ ਮੈਨੂੰ ਕਿਆਮਤ ਨਾ ਕੁਛ ਕਹਿੰਦੀ, ਕਿਉਂਕਿ ਮੇਰੀ ਮਾਂ ਦੇ ਪੈਰਾਂ ਥੱਲੇ ਜੰਨਤ, ਜੰਨਤ ਹੈ, ਮੇਰੀ ਮਾਂ ਦੇ ਪੈਰਾਂ ਥੱਲੇ ਸਵਰਗ ਹੈ। ਮੈਂ ਉਹੀ ਮਾਂ ਦੀ ਗੱਲ ਕਰਦਾ, ਉਸੇ ਮਾਂ ਦੀ ਸੇਵਾ ਕਰੋਗੇ ਦੁਨੀਆਂ ਉੱਤੇ ਤਰ ਜਾਓਗੇ। ਜਿਹੜੇ ਜਿਹੜੇ ਵਿਅਕਤੀ ਨੇ, ਨੌਜਵਾਨ ਨੇ ਆਪਣੀ ਮਾਂ ਦੀ ਸੇਵਾ ਕੀਤੀ ਹੈ, ਉਹ ਚੰਦ ਅਤੇ ਸੂਰਜ ਦੀ ਤਰ੍ਹਾਂ ਹੋ ਗਏ ਨੇ ਸੰਸਾਰ ਉੱਤੇ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ, ਉਹ ਜੋ ਦਿਓ ਮਾਂ ਦੀ ਸੇਵਾ ਕਰੋ, ਪਿਓ ਦੀ ਸੇਵਾ ਕਰੋ, ਸਭ ਨਾਲ ਮਿੱਠੇ ਬੋਲੋ। ਬਸ ਇੰਨਾ ਕੁਝ ਕਰਨ ਦੇ ਬਾਵਜੂਦ ਸਿੱਖੀ ਵਿੱਚ ਪਰਪੱਕ ਰਹੋ, ਦੁਨੀਆਂ ਉੱਤੇ ਤੁਹਾਡਾ ਕੋਈ ਸਾਨੀ ਨਹੀਂ ਹੋਵੇਗਾ। ਇਹ ਬਚਨ ਨਾ ਮਹਾਂਪੁਰਸ਼ਾਂ ਦੇ। ਕਹਿੰਦੇ ਅੱਜ ਤਾਰੂ ਸਿੰਘ ਨੂੰ ਚਰਖੜੀ ਤੇ ਚੜਾਇਆ ਗਿਆ, ਚਰਖੜੀ ਤੇ। ਕਦੋਂ? ਜਦੋਂ ਤਾਰੂ ਸਿੰਘ ਨੂੰ ਕਿਹਾ, ਤਾਰੂ ਸਿਆਂ ਤੈਨੂੰ ਹੂਰਾਂ ਦੇ ਡੋਲੇ, ਹੂਰਾਂ ਦੀ ਸ਼ਰਾਬ, ਹਿਸਤਾਂ ਦਾ ਰਾਜ, ਸਭ ਕੁਝ ਮਿਲੇਗਾ ਜੇ ਨਾ ਮੰਨੇਗਾ। 18 ਤਰੀਕਿਆਂ ਨਾਲ ਵੀਰੋ ਸਿੱਖਾਂ ਨੂੰ ਟੌਰਚਰ ਕਰਕੇ ਮਾਰਿਆ ਜਾ ਰਿਹਾ ਸੀ 18 ਤਰੀਕਿਆਂ ਨਾਲ, ਕਿਉਂਕਿ ਸਾਨੂੰ ਤਾਂ ਹੁਣ ਵੀ ਮਾਰਿਆ ਜਾ ਰਿਹਾ, 84 ਵੇਲੇ ਮਾਰਿਆ, ਉਹ ਤੋਂ ਪਹਿਲਾਂ ਮਾਰਿਆ, 90 ਤੋਂ ਲੈ ਕੇ 92-98 ਤੱਕ ਮਾਰਿਆ, 15 ਸਾਲ ਕਹਿਣ ਕੀਤਾ ਸਿੱਖਾਂ ਦਾ, 15 ਸਾਲ ਮਾਰਿਆ ਗਿਆ ਸਾਡੇ ਨੌਜਵਾਨ, ਸਾਡੀਆਂ ਮਾਵਾਂ ਦੀਆਂ ਗੋਦਾਂ ਸੁੰਨੀਆਂ ਕਰ ਦਿੱਤੀਆਂ, ਭੈਣਾਂ ਦੇ ਸੁਹਾਗ ਉਜਾੜ ਦਿੱਤੇ, ਪੀਰ ਲੁੱਟੇ ਗਏ, ਪਰ ਸਾਡੀ ਦਰਗਾਹ ਦਰਬਾਰੇ ਸਰਕਾਰੇ ਕਿਸੇ ਨੇ ਫਰਿਆਦ ਨਹੀਂ ਸੁਣੀ, ਨਾ ਸੁਣੇ ਕੋਈ ਸਾਨੂੰ ਕੀ ਹੈ, ਕਿਉਂਕਿ ਸਾਡੇ ਉੱਤੇ ਬਖਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ, ਸਾਡੇ ਸਿਰ ਤੇ ਮਿਹਰ ਦਾ ਹੱਥ ਹੈ, ਤੁਹਾਨੂੰ ਗੁਰੂ ਕਲਗੀਧਰ ਪਿਤਾ ਦਾ, ਗੁਰੂ ਬਾਜਾਂ ਵਾਲੇ ਦਾ ਹੱਥ ਹੈ। ਧਿਆਨ ਦਿਓ ਵੀਰੋ, ਇੱਕ ਕਵੀ ਕਹਿੰਦਾ ਹੈ, ਠੀਕ ਹੈ ਜੋ ਮਰਜ਼ੀ ਗੱਲਾਂ ਮਾਰੀ ਜਾਣ ਲਓ, ਉਹ ਕਹਿੰਦਾ ਪਟਨੇ ਸ਼ਹਿਰ ਅੰਦਰ ਪੋਸੂ ਦੀ ਸੱਤਵੀਂ ਨੂੰ ਪ੍ਰਗਟ ਜੇ ਕਰਨਾ ਗੁਜਰੀ ਦਾ ਭਾਣ ਹੁੰਦਾ, ਸ਼ਿਵ ਦਿਆਲੇ ਮੰਦਰ ਮਸੀਤ ਬਣਦੇ, ਉਹ ਕੁੱਲ ਹਿੰਦੂ ਬਣਿਆ ਮੁਸਲਮਾਨ ਹੁੰਦਾ, ਲਾਲ ਕਿਲੇ ਤੇ ਝੂਲਦਾ ਚੰਦ ਤਾਰਾ, ਸਾਰਾ ਭਾਰਤੀ ਪਾਕ ਸਤਾਨ ਹੁੰਦਾ, ਆਜ਼ਾਦ ਦਿੱਲੀ ਦੇ ਤਖ਼ਤ ਉੱਤੇ ਬੈਠਾ ਕੋਈ ਨਾ ਕੋਈ ਖਾਨ ਹੁੰਦਾ, ਕਿਰਪਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀ ਹੈ। ਉਹ ਜਿਹਦਾ ਗੁਰੂ ਐਡਾ ਤਕੜਾ ਹੋਵੇ,
ਉਹਨਾਂ ਨੂੰ ਪ੍ਰਵਾਹ ਕਰ ਦਿਆ ਵੀਰੋ ਅੱਜ ਇਹ ਤੁਸੀਂ ਬੈਠੇ ਹੋ ਇਹ ਕਿਰਪਾ ਧੰਨ ਗੁਰੂ ਕਲਗੀ ਧਰ ਪਿਤਾ ਜੀ ਜਿਨ੍ਹਾਂ ਨੇ ਲੋੜ ਪਈ ਮਾਂ ਵਾਰ ਦਿੱਤੀ ਰੱਬ ਵਰਗੀ ਪਿਤਾ ਵਾਰ ਦਿੱਤਾ ਪੁੱਤਰ ਵਾਰ ਦਿੱਤੇ ਆਪਣਾ ਆਪ ਵਾਰ ਦਿੱਤਾ ਮਾਮੇ ਵਾਰ ਦਿੱਤੇ ਭੂਆ ਦੇ ਪੁੱਤ ਵਾਰ ਦਿੱਤੇ ਸਭ ਕੁਝ ਵਾਰ ਕੇ ਵੀ ਇਹ ਗੱਲ ਕਹੀ ਸੀ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਹੈ ਕਰਤਾਰਾ ਸੁੱਖ ਤਾਂ ਤੁਹਾਡੀ ਮੰਗੀ ਹੈ ਤੁਹਾਡੀ ਧਿਆਨ ਦਿਓ ਵੀਰੋ ਅੱਜ ਜੇ ਗੁਰੂ ਪਾਤਸ਼ਾਹ ਜੋੜਾ ਜੋੜਾ ਕਰਕੇ ਆਪਣੇ ਚਾਰੇ ਪੁੱਤਰਾਂ ਦੀ ਕੁਰਬਾਨੀ ਨਾ ਦਿੰਦਾ ਅੱਜ ਸਿੱਖਾਂ ਦੀ ਸਰਦਾਰੀ ਦੁਨੀਆਂ ਤੇ ਨਾ ਹੁੰਦੀ ਇਹ ਸਿੱਖਾਂ ਦੀ ਸਰਦਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕਰਕੇ ਉਹਨਾਂ ਸ਼ਹੀਦਾਂ ਕਰਕੇ ਹੈ ਜਿਹਨਾਂ ਦਾ ਅਸੀਂ ਇਤਿਹਾਸ ਪੜ੍ਹ ਰਹੇ ਹਾਂ ਤਾਰੂ ਸਿੰਘ ਨੂੰ ਭੇਜਿਆ ਗਿਆ ਵਾਪਸ ਤੀਸਰਾ ਦਿਨ ਚੜ੍ਹ ਗਿਆ ਪੈਣ ਤਾਰੂ ਸਿੰਘ ਵਿਆਹਲ ਹੋ ਉੱਠਿਆ ਡਾਂਗਾ ਨਾਲ ਪੁੱਟਿਆ ਗਿਆ ਚਰਖੜੀ ਤੇ ਚੜਾਇਆ ਗਿਆ ਤਾਰੂ ਸਿੰਘ ਮੰਨ ਜਾ ਨਹੀਂ ਮੰਨਣਾ ਸੂਬੇਦਾਰਾ ਜਿਹੜੀ ਮੌਤ ਦੀ ਗੱਲ ਤੂੰ ਕਰਦਾ ਏ ਉਹ ਜਿਹੜੀ ਮੌਤ ਦਾ ਡਰਾਵਾ ਤੂੰ ਦਿੰਦਾ ਮਿੱਤਰਾ ਯਾਦ ਰੱਖ ਓਏ ਇਹ ਤਾਂ ਮੌਤ ਸਿੱਖਾਂ ਦੀ ਖੰਡਾਵੀ ਰਹੀ ਹੈ ਕਿਹੜੀ ਮੌਤ ਦੀ ਗੱਲ ਕਰਦਾ ਇੱਥੇ ਗੱਲ ਮੈਂ ਇੱਕ ਧਿਆਨ ਦਵਾਵਾਂ ਸੁਣਨ ਵਾਲੀਆਂ ਸਾਹ ਰੋਕ ਕੇ ਅਖੀਰਲਾ ਦਿਨ ਆਇਆ ਪੰਜਵਾਂ ਦਿਨ ਆ ਗਿਆ ਤਾਰੂ ਸਿੰਘ ਉੱਤੇ ਕੁੱਟਦਿਆਂ ਤਸ਼ੱਦਦ ਕਰਦਿਆਂ ਚਰਖੜੀ ਤੇ ਚੜਾਉਂਦਿਆਂ ਜਮੂਰਾ ਨਾਲ ਮਾਸ ਨੋਚਦਿਆਂ ਤੋੜ ਲਾਉਂਦਿਆਂ ਤੱਕੜੇ ਲਾਉਂਦਿਆਂ ਬੁਰਾ ਹਾਲ ਕਰਦਿਆਂ ਨੌ ਨੋਚਲੇ ਨੌ ਸਾਰੇ ਕੱਟੇ ਗਏ ਬਸ ਅਕਾਲ ਪੁਰਖ ਤੇ ਭਰੋਸਾ ਹੈ ਤਾਰੂ ਸਿੰਘ ਨੂੰ 10 ਵਜੇ ਦੇ ਨਾਲ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਮਾਰ ਦਾਸਾ ਕਰਦੀ ਆ ਤਾਰੂ ਸਿਆਂ ਅਜੇ ਮੈਂ ਜਿਉਂਦੀ ਹਾਂ ਅਜੇ ਮੈਨੂੰ ਬੁਢਾਪਾ ਮੇਰਾ ਕੁਛ ਨਹੀਂ ਕਹਿ ਸਕਦਾ ਅਜੇ ਮੈਂ ਅਰਦਾਸ ਕੀਤੀ ਆ ਪਾਤਸ਼ਾਹ ਮੇਰੇ 19 ਦੇਰ ਤੱਕ ਸਵਾਸ ਨਾ ਕੱਢੀ ਤੂੰ ਜਿੰਨੀ ਦੇਰ ਤੱਕ ਮੈਂ ਆਪਣੇ ਪੁੱਤਰ ਦਾ ਫੈਸਲਾ ਨਾ ਸੁਣ ਲਵਾਂ ਕਿਉਂਕਿ ਮੈਨੂੰ ਸੁਨੇਹਾ ਆਇਆ ਏ ਮਾਂ ਅਜੇ ਤੇਰੇ ਤਾਰੂ ਸਿੰਘ ਜਿਉਂਦਾ ਹੈ ਤਸੀਹੇ ਬਹੁਤ ਦਿੱਤੇ ਗਏ ਪਰ ਧੰਨ ਆ ਮਾਂ ਤਾਰੂ ਸਿੰਘ ਦੀ ਜਿਹੜੇ ਆਪਣੇ ਪੁੱਤਰ ਦੇ ਫੈਸਲੇ ਨੂੰ ਉਡੀਕਦੀ ਹੈ ਅਖੀਰ ਕਾਜੀ ਆਇਆ ਕਾਜੀ ਸਾਹਿਬ ਇਹਨੂੰ ਪੁੱਛ ਕੇਸਾਂ ਉੱਤੇ ਕਿੰਨਾ ਕੁ ਮਾਣ ਹੈ ਧਿਆਨ ਦਿਓ ਜੀ ਕੇਸਾਂ ਉੱਤੇ ਕਿੰਨਾ ਕੁ ਮਾਣ ਹੈ ਤਾਰੂ ਸਿਆਂ ਤੈਨੂੰ ਆਪਣੀ ਸਿੱਖੀ ਉੱਤੇ ਕੇਸਾਂ ਸਵਾਸਾਂ ਉੱਤੇ ਕਿੰਨਾ ਕੁ ਮਾਣ ਹੈ ਇਹ ਵੱਡਾ ਕਾਜੀ ਕਹਿੰਦਾ ਜਲਾਦ ਕੋਲੇ ਨੇ ਜਕਰੀਆ ਖਾਨ ਕੁਰਸੀ ਤੇ ਬੈਠਾ ਹੈ ਕਾਜੀ ਨੂੰ ਕਹਿੰਦਾ ਤਾਰੂ ਸਿੰਘ ਕਾਜੀ ਮੈਨੂੰ ਰੱਬ ਵਰਗਾ ਮਾਣ ਹੈ ਕਿਉਂਕਿ ਸਿੱਖੀ ਦੀ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਕੀਤੀ ਹੈ ਫਿਰ ਤਾਰੂ ਸਿੰਘ ਤੇਰੇ ਕੇਸਾਂ ਨੂੰ ਵਿਖੀਏ ਪਰਖ ਕੇ ਤੇਰੀ ਸਿੱਖੂ ਨੂੰ ਪਰਖੀਏ ਕਹਿੰਦੇ ਹੁਕਮ ਹੋਇਆ ਨਾਈ ਨੂੰ ਜਲਾਦ ਨੂੰ ਕਿ ਜਾ ਕੇ ਛੇਤੀ ਕੈਂਚੀ ਲੈ ਕੇ ਆ ਕੈਂਚੀ ਕਿਉਂ ਕਿਉਂਕਿ ਇਸ ਗੁਸਤਾਖ ਸਿੱਖ ਦੇ ਅੱਜ ਕੇਸ ਕੱਟਾਂਗੇ ਜਦੋਂ ਕੇਸ ਕੱਟਣ ਦੀ ਗੱਲ ਚੱਲੀ ਨਾ ਤਾਰੂ ਸਿੰਘ ਦਾ ਮਨ ਭਰ ਆਇਆ ਦਾਤਾ ਮੇਰੇ ਸਰੀਰ ਨੂੰ ਨੋਚਤਾ ਜਮੂਰਾ ਨਾਲ ਖਿੱਚ ਲਿਆ ਨੌ ਖਿੱਚੇ ਗਏ ਡਾਂਗਾ ਨਾਲ ਕੁੱਟਿਆ ਗਿਆ ਘੋੜਿਆਂ ਦੇ ਪੌੜਾਂ ਥੱਲੇ ਲਤਾੜਿਆ ਗਿਆ ਕਈ ਵਾਰ ਚਰਖੜੀ ਤੇ ਚੜਾਇਆ ਗਿਆ ਦਾਤਾ ਮੈਂ ਕੁਝ ਨਹੀਂ ਬੋਲਿਆ ਕਿਉਂਕਿ ਮੈਂ ਆਪਣੇ ਸਰੀਰ ਉੱਤੇ ਕਸ਼ਟ ਸਹਾਰਦਾ ਰਿਹਾ ਓਏ ਕਲਗੀਆਂ ਵਾਲਿਆ ਅੰਮ੍ਰਿਤ ਦਿਆ ਦਾਤਿਆ ਸਤਿਗੁਰੂ ਹੁਣ ਤਾਂ ਸਿੱਖੀ ਕੇਸਾਂ ਸਵਾਸਾਂ ਨਾਲ ਨਵਾਉਣ ਦਾ ਸਮਾਂ ਆ ਗਿਆ ਪਾਤਸ਼ਾਹ ਇਹ ਕੇਸ ਮੇਰੇ ਨਹੀਂ ਓਏ ਦਾਤਾ ਇਹ ਕੇਸ ਤਾਂ ਤੇਰੇ ਨੇ ਹੁਣ ਤੂੰ ਆਪਣੇ ਬਿਰਦਵਾਣੇ ਦੀ ਲਾਜ ਰੱਖ ਦਾਤਾ ਚਾਹੇ ਮੇਰਾ ਸਿਰ ਉਡਾ ਦੇਣ ਤੂੰਬਾ ਤੂੰਬਾ ਕਰ ਦੇਣ ਮੈਨੂੰ ਭੱਠੀ ਵਿੱਚ ਜਲਾ ਦੇਣ ਕੁਝ ਵੀ ਕਰ ਦੇਣ ਪਾਤਸ਼ਾਹ ਪਰ ਕੈਂਚੀ ਮੇਰੇ ਕੇਸਾਂ ਨੂੰ ਨਾ ਕੱਟ ਸਕੇ ਮੈਂ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ ਤਾਰੂ ਸਿੰਘ ਦਾ ਮਨ ਤਾਰੂ ਸਿੰਘ ਦੀ ਬਿਰਤੀ ਸੁਰਤੀ ਧੰਨ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਚਲੀ ਗਈ ਤੇ ਤਾਰੂ ਸਿੰਘ ਲਾਹੌਰ ਦੀ ਅਦਾਲਤ ਲਾਹੌਰ ਦੀ ਕਚਹਿਰੀ ਵਿੱਚ ਦੋਨੇ ਹੱਥ ਜੋੜ ਕੇ ਗੁਰੂ ਕਲਗੀਧਰ ਪਿਤਾ ਦੇ ਚਰਨਾਂ ਵਿੱਚ ਸਿੱਖੀ ਕੇਸਾਂ ਸਵਾਸਾਂ ਨਾਲ ਨਹਾਉਣ ਵਈ ਨਵਾਉਣ ਵਾਸਤੇ ਅਰਦਾਸਾਂ ਹੇ ਆ ਕਰਦਾ ਜੀ
पंथ पंथ घट देन भंग चीर नसरी फोटी फोटी नोच लैन तन हो ज नीरली पंथ पंथ घट देन भंग चीर नसरीर फोटी फोटी नोच लैन तन हो ज नीरली हो पर सिद्ध को न सिख नु डलाई दातिया सिद्ध को न सिख नु डलाई दातिया ओ सिख किस देश वसा किस देश वसा ना ने भई दातिया सिख किस देश वसा ना ने भई दातिया पंथ पंथ घट देन पाम चीर नसरी फोटी फोटी नोच लैन तन हो जली रोली पंथ पंथ घट देन पंग चीर नसरी फोटी फोटी नोच लैन तन हो जली रोली हो पर सिद्ध को न सिख नु डलाई दातिया सिद्ध को न सिख नु डलाई दातिया सिख के संदेश वसा हो के संदेश वसा ना ने भई दातिया सिख के संदेश वसा ना ने भई दातिया जलाद आ गया रंबी आ गई कैंची आ गई कहंदे ने इतिहास पढ़ो तारू सिंह दे केस कटन लगे कहंदे अरदास तो बाद हुण गल केसां दी आ वीरो ध्यान दिओ केसां दी नौजवानों
ਗੱਲ ਕੇਸਾਂ ਦੀ ਆ, ਗੱਲ ਪੱਗਾਂ ਦੀ ਆ, ਗੱਲ ਜੂੜਿਆਂ ਦੀ ਆ, ਗੱਲ ਅਣਖ ਦੀ ਆ, ਗੱਲ ਗੈਰਤ ਦੀ ਹੈ। ਇਹ ਤਾਂ ਗੁਰੂ ਪਾਤਸ਼ਾਹ ਦੀ ਕਿਰਪਾ ਸਾਡੇ ਉੱਤੇ, ਕਿਉਂਕਿ ਸਾਡੇ 300 ਸਾਲ ਹੋਣ ਵਾਲੇ ਨੇ ਗੁਰੂ ਪਾਤਸ਼ਾਹ ਨੂੰ ਇਸ ਧਰਤੀ 'ਤੇ ਆਇਆ। ਅੱਜ ਦੁਨੀਆਂ ਭਰਾਂ ਦੀਆਂ ਨਜ਼ਰਾਂ ਕਹਿੰਦੇ ਸਿੱਖੀ ਉੱਤੇ ਲੱਗੀਆਂ ਨੇ, ਸਿੱਖਾਂ ਦੇ ਉਸ ਮਹਾਨ ਜੀਵਨ ਉੱਤੇ ਲੱਗੀਆਂ ਨੇ ਵੀ ਇੰਨੀ ਚੜ੍ਹਦੀ ਕਲਾ ਦੇ ਵਿੱਚ ਸਿੱਖ ਕੌਮ ਜਾ ਰਹੀ ਹੈ, ਇਹਨਾਂ ਦਾ ਆਗੂ ਕੌਣ ਹੈ? ਇਹਨਾਂ ਦਾ ਆਗੂ ਆ ਧੰਨ ਗੁਰੂ ਕਲਗੀ ਧਰ ਪਿਤਾ ਅੰਮ੍ਰਿਤ ਦਾ ਦਾਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ। ਕਹਿੰਦੇ ਕੈਂਚੀ ਤੋਂ ਕੇਸ ਕੱਟੇ ਨਹੀਂ ਗਏ। ਜ਼ਕਰੀਆ ਖਾਨ ਕਹਿੰਦਾ ਇਹਦੀ ਖੋਪਰੀ ਲਾ ਦਿਓ। ਹੁਣ ਕਹਿੰਦੇ ਸਭ ਤੋਂ ਪਹਿਲਾ ਟਾਕਾ ਜਿਹੜਾ ਤਾਰੂ ਸਿੰਘ ਦੇ ਮੱਥੇ ਉੱਤੇ ਰੱਖੀ ਗਈ ਰੰਬੀ, ਕਹਿੰਦੇ ਥੋੜੀ ਦੇ ਨਾਲ ਵਾਰ ਕੀਤਾ ਗਿਆ ਏ, ਕਈ ਇੰਚ ਰੰਬੀ ਦਿਮਾਗ ਵਿੱਚ ਖੋਪਰ ਵਿੱਚ ਧਸ ਗਈ। ਬਸ ਚੀਰਦੇ ਆਉਂਦੇ ਨੇ ਜਿਵੇਂ ਆਪਾਂ ਕਿਸੇ ਪੀਪੇ ਨੂੰ ਚੀਰ ਗਏ, ਚਾਰ ਸਪੇਰੇ ਕਿੱਥੋਂ ਕਿੱਥੋਂ ਚੀਰਿਆ ਗਿਆ ਦਿਮਾਗ, ਜਿੱਥੇ ਭਾਈ ਤਾਰੂ ਸਿੰਘ ਦੇ ਕੇਸ ਨਹੀਂ ਸੀ ਨਾ, ਚਾਰ ਸਪੇਰਿਓ। ਕਹਿੰਦੇ ਕੱਟੀ ਗਈ ਖੋਪਰੀ ਤੇ ਜੂੜੇ ਉੱਤੇ ਪਾਇਆ ਗਿਆ ਹੱਥ ਜਲਾਦ ਨੇ, ਕਿਉਂ ਖਿੱਚ ਲਿਆ ਤਾਹਨੂੰ? ਕਹਿੰਦੇ ਭਾਈ ਤਾਰੂ ਸਿੰਘ ਦਾ ਸਾਰਾ ਖੋਪਰ ਸਣੇ ਜੋੜੇ ਦੇ ਨਾਲ ਆ ਗਿਆ ਤੇ ਤਾਰੂ ਸਿੰਘ ਦੇ ਸਾਹਮਣੇ ਖੋਪਰੀ ਰੱਖ ਦਿੱਤੀ। ਤੇ ਤਾਰੂ ਸਿੰਘ ਕਹਿੰਦਾ ਉਦੋਂ, ਐ ਸਤਿਗੁਰੂ ਤੇਰਾ ਕੀ ਆ ਮਿੱਠਾ ਲੱਗਾ, ਵੇਖੋ ਮਿੱਠਾ ਭਾਣਾ ਮਿੱਠਾ। ਐ ਪਾਤਸ਼ਾਹ ਜੋ ਕੁਝ ਹੈ ਤੇਰਾ ਏ, ਤੂੰ ਜੋ ਕੱਚ ਕਰਦਾ ਏ ਚੰਗਾ ਕਰਦਾ ਏ, ਮੇਰਾ ਮੁਝ ਨੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਕੀ ਆ ਮਿੱਠਾ ਲੱਗਾ ਹਰ ਨਾਮ ਪਦਾਰਥ, ਨਾਨਕ ਮੰਗੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ। ਗੱਲ ਚੰਗੀ ਇਹ ਵੀ ਚੰਗਾ ਹੀ ਹੈ ਪਾਤਸ਼ਾਹ, ਸਤਿਗੁਰੂ ਤੂੰ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਵਾ ਦਿੱਤੀ ਹੈ। ਸਕੂਲ ਖੋਲਿਆ ਗੁਰੂ ਦੁਸ਼ਮੇਸ਼ ਜੀ ਨੇ, ਮੈਂ ਸੁਣਿਆ ਲੱਗਦੀ ਫੀਸ ਕੋਈ ਨਾ ਹੋ, ਪੜ੍ਹਨ ਆਇਆ ਕਈ ਹਜ਼ਾਰ ਬੰਦਾ, ਪੰਜ ਪਾਸ ਹੋਏ ਇਸ ਕੋਈ ਨਾ। ਉਹ ਜਦੋਂ ਵੱਲ ਜਮਾਤ ਦੇ ਨਿਗਾਹ ਮਾਰੀ, ਉਹ ਪੜ੍ਹਨ ਵਾਲਿਆਂ ਦੇ ਵਾਲਿਆ ਤੇਰੀਆ ਤੂੰ ਜਾਣੇ, ਤੇ ਕਰ ਸਕਦਾ ਹੈ ਤੇਰੀ ਰੀ ਕੋਈ ਨਾ। ਕਿਉਂ ਨਹੀਂ ਰੀਸ ਕਰਦਾ ਕੋਈ? ਕਿਉਂਕਿ ਕਵੀ ਲਿਖਦਾ ਹੈ ਉਹ ਦਾਤਾ, ਕਹਿੰਦੇ ਕਹਿੰਦੇ ਦੇਸ਼ ਦਾ ਕੋਈ ਸਹਾਰਾ ਨਹੀਂ ਸੀ, ਤਾਂ ਪੁੱਤਰਾਂ ਦਾ ਸੱਲ ਸਹਾਰਿਆ ਮੈਂ। ਓਏ ਮਾਂ ਗੁਜਰੀ ਗੁਜਰੀ ਉਹ ਵੀ ਸਰਹੰਦ ਅੰਦਰ, ਜਿੱਦਾਂ ਗੁਜ਼ਰਿਆ ਵਕਤ ਗੁਜ਼ਾਰਿਆ ਮੈਂ,
ਉਹ ਪੁੱਤਰ ਬਖਸ਼ੇ ਸਨ ਚਾਰ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਤੇ ਵਾਰਿਆ ਮੈਂ। ਉਹ ਮੈਨੂੰ ਮਤ ਸ਼ਹਿਨਸ਼ਾਹ ਕਹੋ ਸਿੰਘੋ, ਕਿਉਂ? ਕਿਉਂਕਿ ਕਿਸ਼ਤਾਂ ਨਾਲ ਹੈ ਕਰਜ਼ ਉਤਾਰਿਆ ਮੈਂ। ਹੋ ਤੇਰੇ ਪੁੱਤਾਂ ਨੂੰ ਕਰ ਦਿਆ ਜਾਂਦ ਦਾਤਾ, ਝੁਕ ਜਾਂਦਾ ਹੈ ਸਿਰ ਸਤਿਕਾਰ ਦੇਣਾ, ਸੌ ਗਏ ਨੇ ਤੇ ਗਾਦੀ ਜਿਹੜੇ ਪਾਲੇ ਸੀ ਬੜੇ ਪਿਆਰ ਦੇਣਾ। ਹੋ ਕੀਤਾ ਸ਼ੁਕਰ ਖੁਦਾ ਦਾ ਹੱਥ ਜੋੜੇ, ਹੋ ਕਰ ਚੁਕੋਮ ਦਾ ਸਿਰੋਂ ਖੇਤੀ ਮਗਰ ਮੈਂ ਨਾ ਦੇ ਆ ਰਿਹਾ। ਤਾਰੂ ਸਿੰਘ ਦੀ ਅੱਧ ਮੋਈ ਲਾਸ ਨੂੰ ਚੁੱਕਿਆ, ਜੇਲ੍ਹ ਵਿੱਚ ਸੁੱਟ ਦਿੱਤਾ ਤੇ ਨਾਲ ਹੀ ਖੋਪਰੀ ਧਰ ਦਿੱਤੀ। ਇਧਰਲੇ ਬੰਨੇ ਇੱਕ ਵਚਨ ਕੀਤਾ ਸੀ, ਉਹ ਜ਼ਾਲਮਾ ਜੇ ਤੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਿੱਖੀ ਨੂੰ ਕੁਝ ਬੋਲਿਆ ਏ, ਬੇਅਦਬੀ ਕਰਨੀ ਚਾਹੀ, ਯਾਦ ਰੱਖ। ਤਾਰੂ ਸਿੰਘ ਕਹਿਣ ਲੱਗਾ, ਜ਼ਕਰੀਆ ਖਾਨ, ਓਨੀ ਦੇਰ ਤੱਕ ਮਿੱਤਰਾਂ ਮੈਂ ਮਰਾਂਗਾ ਨਹੀਂ ਜਿੰਨੀ ਦੇਰ ਤੱਕ ਆਪਣੀ ਜੁੱਤੀ ਦੇ ਮੂਹਰੇ ਲਿਜਾ ਕੇ ਤੈਨੂੰ ਨਰਕਾਂ ਵਿੱਚ ਸੁੱਟ ਦਿੰਦਾ। ਕਹਿੰਦੇ ਪਾਪੀ ਨੂੰ ਪਿਸ਼ਾਬ ਦਾ ਬੰਦ ਪਿਆ, ਸਿੱਖ ਕੌਮ ਨੇ ਫੈਸਲਾ ਕਰ ਦਿੱਤਾ, ਇਤਿਹਾਸ ਵੱਡਾ ਏ, ਅਖੀਰ ਫੈਸਲਾ ਹੋਇਆ। ਕਹਿੰਦੇ ਜਦੋਂ ਤੜਫਣ ਲੱਗਿਆ ਕਹਿੰਦੇ ਸਿਰ ਵਿੱਚ ਤਾਰੂ ਸਿੰਘ ਦੀਆਂ ਜੁੱਤੀਆਂ ਮਾਰੋ, ਕਿਉਂਕਿ ਸਿੱਖ ਦਾ ਬਚਨ ਹੈ, ਜਿਉਂ ਜਿਉਂ ਜੁੱਤੀਆਂ ਮਾਰਦੇ ਆਰਾਮ ਆਉਂਦਾ। ਅਖੀਰ ਕਹਿੰਦੇ 22 ਦਿਨ ਤਾਰੂ ਸਿੰਘ ਜਿਉਂਦਾ ਰਿਹਾ, 21 ਦਿਨ ਜ਼ਕਰੀਆ ਖਾਨ ਦੁੱਖ ਭੋਗਦਾ ਰਿਹਾ। ਤਾਰੂ ਸਿੰਘ ਜੀ ਦੀਆਂ ਜੁੱਤੀਆਂ ਖਾ ਖਾ ਕੇ ਪਾਪੀ ਨਰਕਾਂ ਨੂੰ ਗਿਆ ਤੇ ਤਾਰੂ ਸਿੰਘ ਜਿਉਂਦਾ। ਅਜੇ ਇੱਥੇ ਗੱਲ ਸੁਣਾਵਾਂ। ਤਾਰੂ ਸਿੰਘ ਕਹਿਣ ਲੱਗਿਆ, ਮਾਂ ਤੂੰ ਕਹਿੰਦੀ ਸੀ ਨਾ ਕਿ ਤਾਰੂ ਸਿਆ ਦੇ ਪੁੱਤਰਾ ਤੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਵੇ, ਹੁਣ ਮਾਂ ਜੇ ਤੂੰ ਆਵੇਂ ਤੂੰ ਆ ਕੇ ਵੇਖੇ ਕਿ ਤੇਰੇ ਪੁੱਤਰ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਵੀ ਆ ਕੇ ਨਹੀਂ ਨਿਵੀ। ਇੱਧਰ ਮਾਂ ਨੂੰ ਆਪਣੇ ਪੁੱਤਰ ਦੀ ਪਹੁੰਚੀ ਆਵਾਜ਼, ਆਪਣੀ ਧੀ ਨੂੰ ਕਿਹਾ, ਬੇਟਾ ਮੈਨੂੰ ਮੇਰਾ ਪੁੱਤਰ ਯਾਦ ਕਰਦਾ ਏ। ਕਿਸੇ ਨੇ ਦੱਸਿਆ, ਮਾਂ ਪਿੰਡ ਦੇ ਵਿੱਚੋਂ, ਮਾਂ ਤੇਰਾ ਪੁੱਤਰ ਜਿਉਂਦਾ ਹੈ ਪਰ ਆਖਰੀ ਸਵਾਸ ਨੇ ਉਹਦੀ ਖੋਪਰੀ ਲੈ ਚੁੱਕੀ ਹੈ, ਤੈਨੂੰ ਜਾਂਦੀ ਬਾਹਰ ਮਿਲਣਾ ਚਾਹੁੰਦਾ ਹੈ। ਹੁਣ ਮਾਂ ਬਜ਼ੁਰਗ ਹੈ, ਸੋਟੀ ਦੇ ਸਹਾਰੇ ਸਹਾਰਾ ਲੈ ਕੇ ਹੁਣ ਮਾਂ ਲਾਹੌਰ ਪਹੁੰਚ ਗਈ। ਲਾਹੌਰ ਆਗਿਆ ਲਈ ਹੈ ਕਿ ਮੈਂ ਮੇਰੇ ਪੁੱਤਰ ਨੂੰ ਮਿਲਣਾ ਹੈ। ਪੁੱਤਰ ਨੂੰ ਕਿਉਂ ਮਾਂ? ਕਿਉਂਕਿ ਮੈਂ ਮੇਰੀ ਅੰਤਰੀ ਭਾਵ ਦੇ ਵਿੱਚ ਇੱਕ ਆਵਾਜ਼ ਆ ਰਹੀ ਹੈ, ਮੇਰੇ ਪੁੱਤਰ ਮੈਨੂੰ ਯਾਦ ਕਰਦਾ, ਬਸ ਮੈਨੂੰ ਦੱਸਣਾ ਚਾਹੁੰਦਾ ਹੈ ਕਿ ਮਾਂ ਤੇਰੇ ਬਚਨਾਂ ਤੇ ਪਹਿਰਾ ਦੇ ਕੇ ਤੇਰਾ ਪੁੱਤਰ ਪਾਸ ਹੋ ਗਿਆ, ਅੱਜ ਆ ਕੇ ਦੇਖ ਤੂੰ। ਹੁਣ ਮਾਂ ਤੁਰੀ ਆਉਂਦੀ ਹੈ ਗੇਟ ਵਿੱਚ, ਤਾਰੂ ਸਿੰਘ ਥੱਲੇ ਹੈ ਸਿੱਟਿਆ ਪਿਆ, ਬਸ ਅੱਖਾਂ ਉੱਤੇ ਖਮਾਰੀ ਹੈ, ਚਿਹਰੇ ਤੇ ਲਾਲੀ ਹੈ, ਸਿਰ ਤੇ ਖੋਪਰੀ ਨਹੀਂ, ਦਿਮਾਗ ਨਹੀਂ, ਗਜ ਗਜ ਲੰਬੇ ਕੇਸ ਤੇ ਖੋਪਰੀ ਸਾਹਮਣੇ ਪਈ ਹੈ। ਮਾਂ ਹੀ ਹੈ ਨੇੜੇ, ਨਾਲੇ ਪੁੱਤਰ ਕੰਨੀ ਝਾਕਦੀ ਹੈ, ਨਾਲੇ ਪੁੱਤਰ ਦੀ ਖੋਪਰੀ ਕੰਨੀ ਝਾਕਦੀ ਹੈ। ਤਾਰੂ ਸਿੰਘ ਨੇ ਇਸ਼ਾਰਾ ਕੀਤਾ, ਮਾਂ ਹੁਣ ਮੈਥੋਂ ਖੜਾ ਤਾਂ ਨਹੀਂ ਹੋਇਆ ਜਾਂਦਾ,
तू मेरे कोले आ, मां ने सिटिया सोटी अपने पुत्र नूं भज के चुंबड़गी, वे बेटा अज तू मेरे इस जिस्म विचो बत्ती धारा चुंगियां सफल कर गया। देखो कितनी बड़ी गल है भैणो, एक बजुर्ग मां का 25 साल का नौजवान पुत्र खोपरी पई है, आखिरी श्वास है, गुड्डा जिगरा है मां का। मां कहती है वे दारू सियां पुत्रा, अज तू मेरे जिस्म विचों मेरे इन्हां दुद्धां विचों बत्ती धारा चुग के वे पुत्रा सफल कर गया। तारू सिंह कहता मां वेखना मां तेरे पुत्र दे केस नहीं कटे गए, तेरे पुत्र दी सिखी केसा सुवासा नाल निवी आगे नहीं निवी, ए फैसला मां तू कर। मां गई आगे मारिया चौंकड़ी, अपने पुत्र दी अदबोई लाश, अपने पुत्र दा सिर चुकिया बुकल विच ले लिया, बस दोनों बाहां दे नाल अपने पुत्र नूं कुट लिया, निग दित्ती प्यार दित्ता। बस इस निग इस प्यार ने भाई तारू सिंह नूं सदा लई शहीदां विच शामिल कर दित्ता है। मां नूं पता लग गया कि मेरा पुत्र शहीद हो गया, अपने शहीद पुत्र दी लाश नूं छाती नाल लैके मां जांदी वार दियां कुछ गल्लां, दुनियावी गल्लां अपने पुत्र बारे इउं कह रही है। लाहौर सदके जावा वे, पुत सदके जावा वे, कर गया मां दी कुख सुलखणी, पुत सदके जावा वे, कर गया मां दी कुख सुलखणी, सदके जावा वे, कर गया मां दी कुख सुलखणी। तू तारू सिंघा वे करतिया सफल चुंगदिया धारा, ना सिद्ध को डोलिया वे पापी दिते दुख हजारा, ना सिद्ध को डोलिया वे पापी दिते दुख हजारा, फिर देके को मां दी पेंदी अणख सलामत रखनी, पुत सदके जावा वे, कर गया मां दी कुख सुलखणी, पुत सदके जावा वे, कर गया मां दी कुख सुलखणी। Look.
तकड़ा कर लो जेरा बिच सारी दुनिया दे कर गया ना रोशन दे मेरा बिच सारी दुनिया दे कर गया ना रोशन दे मेरा सखी दे खेतों दी सखी दे खेतों दी सखी दे खेतों दी होगी शुरू फसल में पकड़ी उत सदके जावा वे कर गया मां दी कुखस लखनी हो कर गया मां दी कुखस लखनी शहादत अणखी कर गया कैम निशानी जाविच स्वर्गा दे तेनू ठीके बीबी पानी जाविच स्वर्गा दे तेनू ठीके बीबी पानी शहीद की जो मौत है वो कौम की हयात है उठना नहीं किसी ने लास्ट का होता है मेरे को दो फरमाइशा ने दिल्ली नु ताना ते संत बाबा जनैल सिंह खालसा पिंडरा वाले दोनों चो कहांगा दस दियो क्योंकि शहीद की जो मौत है वो कौम की हयात है हयात तो हयात जहां मौत भी हयात है शहीदों की अर्थी पे रोया नहीं करते वो अमर हो जाते हैं मोया नहीं करते क्यों क्योंकि जब से हमने सुना है मरने में जिंदगी है सिर पे कफन बांध कर कातिल को ढूंढते हैं एक वो है जो चलते गए जमाने के साथ साथ मगर मर्द वो है जो जवानी को बदल देते हैं बदलिया जवानी नुशीदा ने धन गुरु गोबिंद सिंह पातशाह ने संत बाबा जनैल सिंह खालसा पिंडरा वाले ने महान मां का प्यार मां के पुत्र की महान शहादत जिहड़ी तुहाडे नाल सांझी कीती है बस कुछ मिनट बाकी ने मैं एक चीज नौजवानों की फरमाइश है चढ़ती कला का इतिहास है मैं वो कह लग्यांगा क्योंकि अति सत्कारे योग संत सेवक जथा ते समूह संगत किशनपुरा नगर वालों बहुत सारा माण आया बहुत सारा माण आकलियाणा पिंड है इतों मेरा ख्याल 15 किलोमीटर है क्योंकि आकलियाणे वाली संगत भी सुनने वास्ते आई है इतने जिथे मैं 12 फरवरी बहुत बड़ा एक गुरमत समागम होंदा सालाना बहुत भारी इलाके का इकट्ठ होंदा वीर जी आए ने सारी संगत आई है कृपा करो 12 फरवरी जरूर टाइम कढ़ियो वह भी इन्नी बाट आए ने तुसीं भी जायो सो गुरु पातशाह की कृपा है तुहाडे उत्ते भैणां उत्ते पता लग्या सी इस नगर बारे मैनू पूर्ण गुरसिखां दा नगर है नौजवान वाली चढ़दी कला वाले ने अज मेरे नाल विचारां होईआं ने क्योंकि जो मैं चीज कहण लग्या इह दोनों चीजा सिक्खी नूं बिलोंग करदियां ने एक वधिया गल है मैनू जिहड़ी गल चंगी लगे मैं स्टेज ते कह जांदा संत बाबा जरनैल सिंह खालसा पिंडरां वाले क्योंकि जिन्हां ने सिखी लिए अपना आप वार दिता अपना आप ध्यान दे भी रहो
ਸਿੱਖੀ ਸਿਧਾਂਤ ਵਿੱਚ ਕਾਇਮ ਰਹਿਣ ਵਾਲੇ ਉਹਨਾਂ ਮਹਾਂਪੁਰਸ਼ਾਂ ਨੇ ਕਹਿੰਦੇ ਪੰਜਾਬੀਆਂ ਦੇ ਮਨ ਬਦਲੇ, ਪੰਜਾਬੀਆਂ ਦੇ ਦਿਲ ਬਦਲੇ, ਪੰਜਾਬੀਆਂ ਨੂੰ ਅਣਖ ਅਤੇ ਗੈਰਤ ਦਾ ਜੀਵਨ ਚੱਲਣ ਲਈ ਸਿਖਾਇਆ। ਓਏ ਸਿੱਖਾ, ਜਿੰਨੀ ਦੇਰ ਤੱਕ ਬੱਬਰ ਸ਼ੇਰ ਦੀ ਤਰ੍ਹਾਂ ਚੱਲਦਾ ਰਹੇਗਾ, ਦੁਨੀਆਂ ਤੈਨੂੰ ਸਲਾਮਾਂ ਕਰਦੀ ਰਹੇਗੀ, ਕਦੇ ਭੇਡਾਂ ਬੱਕਰੀਆਂ ਦੇ ਬੱਗ ਵਿੱਚ ਨਾ ਰਲ ਜਾ ਕਦੇ ਵੀ, ਕਿਉਂਕਿ ਪੰਜਾਬੀ ਦਾ ਸ਼ਾਇਰ ਕਹਿੰਦਾ ਏ, ਕਹਿੰਦਾ ਉਸੇ ਕੌਮ ਦੇ ਬੁਰਜ ਟਲ ਰਹਿੰਦੇ, ਓਏ ਮਾਲ ਕੋਈ ਅਟਾਰੀਆਂ ਪੱਟੀਆਂ ਦੀ ਫੁੱਲਾਂ ਜਿਹੇ ਮਲੂਕੜੇ ਲਾਲ ਜਿਹਦੇ ਤੇ ਰੋੜੀ ਨੀਆਂ ਵਿੱਚ ਪਾ ਗਏ ਨੇ, ਹੱਟੀਆਂ ਦੀ ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੋਂ ਵੀਰੋ, ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ, ਕਿਉਂਕਿ ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੋਂ ਕਿ ਅਸੀਂ ਰਾਜਿਆਂ ਦੇ ਨੇ ਪੂਰ ਜੰਮੇ, ਹੋਏ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਜੋਦੇ ਉਹ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਗੱਲ ਮਨਸੂਰਾਂ ਦੀ ਹੈ, ਪਰ ਇੱਕ ਭਾਵਕ ਹੋ ਗਏ ਮਹਾਂਪੁਰਖ ਬੋਲਦੇ ਬੋਲਦੇ, ਪੰਜ ਪਾਸਿਆਂ ਤੋਂ ਅਸੀਂ ਹਰਿਮੰਦਰ ਸਾਹਿਬ ਆਉਣੇ ਆ, ਧਿਆਨ ਦਿਓ ਇਹ ਚੇਤੇ ਕਰ ਲਿਓ, ਅੱਜ ਤੋਂ ਬਾਅਦ ਅਸੀਂ ਬ੍ਰਹਮ ਗਿਆਨੀ ਦੀ ਯਾਦ ਵਿੱਚ ਜੁੜਿਆ, ਅੱਜ ਤੋਂ ਬਾਅਦ ਕੋਈ ਵੀ ਅੰਮ੍ਰਿਤਸਰ ਜਾਇਓ ਭੈਣੋ, ਗੱਲ ਵੀਰ ਦੀ ਪੱਲੇ ਬੰਨ ਕੇ ਲੈ ਜਾਇਓ, ਜਦੋਂ ਤੁਸੀਂ ਪ੍ਰਕਰਮਾਂ ਵਿੱਚ ਪੈਰ ਰੱਖੋ ਪ੍ਰਕਰਮਾਂ ਵਿੱਚ, ਇਹ ਮੈਂ ਨਹੀਂ ਕਹਿੰਦਾ, 20ਵੀਂ ਸਦੀ ਦੇ ਮਹਾਨ ਯੋਧੇ ਦੀ ਗੱਲ ਹੈ, ਕਹਿੰਦੇ ਉੱਥੇ ਰੁਕ ਜਾਇਆ ਕਰੋ, ਰੁਕ ਜਿਹੜੀ ਇੱਟ ਤੇ ਪੈਰ ਰੱਖੋ ਨਾ, ਪੱਥਰ ਤੇ ਅੱਗੇ ਨਾ ਹੋ, ਦੋਨੇ ਹੱਥ ਜੋੜ ਕੇ ਪੰਜ ਵਾਰ ਵਾਹਿਗੁਰੂ ਸ਼ਬਦ ਦਾ ਗਾਇਣ ਕਰਕੇ ਫਿਰ ਅੱਗੇ ਲੰਘਿਓ। ਪੁੱਛਿਆ ਬਾਬਾ ਜੀ ਕੀ ਗੱਲ ਹੈ, ਕਹਿੰਦੇ ਉਹ ਯੋਧਿਆ ਜਿਹੜੀ ਸਿੱਖ ਜਿਹੜੀ ਇੱਟ ਉੱਤੇ ਜਿਹੜੇ ਪੱਥਰ ਉੱਤੇ ਸਿੱਖ ਖੜਾ ਨਾ, ਭੈਣ ਖੜੀ ਹੈ, ਇਸ ਇੱਕ ਇੱਟ ਥੱਲੇ ਸੌ ਸੌ ਸਿੱਖ ਦਾ ਸਿਰ ਲੱਗਿਆ ਹੋਇਆ, ਸ੍ਰੀ ਹਰਿਮੰਦਰ ਸਾਹਿਬ ਤਾਂ ਯਾਦ ਹੋਇਆ। ਆਓ ਕਦੇ ਨਾ ਭੁੱਲਿਆ ਕਰੋ, ਚੜ੍ਹਦੀ ਕਲਾ ਨਾਲ ਜਾਇਆ ਕਰੋ, ਲੋ ਦਿਓ ਧਿਆਨ ਸੁਣਨ ਵਾਲੀ ਕਵਿਤਾ ਹੈ, ਕਿਉਂਕਿ ਮੈਂ ਦਿੱਲੀ ਨੂੰ ਇੱਕ ਤਾਨਾ ਮਾਰ ਜਾਵਾਂ। ਐ ਦਿੱਲੀਏ, ਤੂੰ ਸਾਡੇ ਨਾਲ ਬਹੁਤ ਬੁਰੀ ਕੀਤੀ ਹੈ, ਖਾਸ ਕਰਕੇ ਸਿੱਖ ਕੌਮ ਦੀ ਗੱਲ ਕਰਾਂ ਵੀਰੋ, ਜੇ ਅੱਜ ਦਿੱਲੀ ਦੇ ਲਾਲ ਕਿਲੇ ਦਾ ਰੰਗ ਹੈ ਤੁਸੀਂ ਜਾਣੇ ਰਹਿੰਦੇ ਹੋ, ਇਹ ਸਿੱਖਾਂ ਦੀ ਬਦੌਲਤ ਹੈ, ਜੇ ਸਿੱਖ ਪੰਥ ਨਾ ਹੁੰਦਾ ਅੱਜ ਦਿੱਲੀ ਆਪਣੇ ਥਾਂ ਤੇ ਸਥਿਰ ਨਾ ਹੁੰਦੀ। ਜਾਵਰਾਂ ਦੇ ਮੂੰਹ ਮੋੜੇ ਸਿੱਖਾਂ ਨੇ ਦਿੱਲੀ ਨੂੰ ਸਥਿਰ ਰੱਖਣ ਵਾਸਤੇ, ਉਹਦੇ ਪੈਰ ਜਮਾਉਣ ਵਾਸਤੇ, ਉਹ ਪਤਾ ਨਹੀਂ ਸਾਡੀਆਂ ਕਿੰਨੀਆਂ ਕੁ ਕੁਰਬਾਨੀਆਂ ਹੋ ਗਈਆਂ, ਉਹ ਦਿੱਲੀ ਦੇ ਲਾਲ ਕਿਲੇ ਤੋਂ ਗੈਰਾਂ ਦਾ ਝੰਡਾ ਤਰਾਇਆ ਉਹ ਵੀ ਸਿੱਖਾਂ ਨੇ, ਕਦੇ ਦਿੱਲੀ ਉੱਤੇ ਬਿਪਤਾ ਪਈ, ਗੁਰੂ ਤੇਗ ਬਹਾਦਰ ਦੀ ਕਚਹਿਰੀ ਵਿੱਚ ਜਾ ਕੇ ਰੋਈ, ਦਰਬਾਰ ਵਿੱਚ ਜਾ ਕੇ ਰੋਈ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਨਾਂ ਲੋਕਾਂ ਲਈ ਸਿਰ ਦਿੱਤਾ ਏ। ਪਰ ਅੱਜ ਕਦੇ ਤੱਕਿਆ ਸਾਡੇ ਨਾਲ ਕੀ ਨਹੀਂ ਹੋਇਆ, ਸਾਨੂੰ ਮਾਰਿਆ ਗਿਆ, ਸਾਨੂੰ ਕੁੱਟਿਆ ਗਿਆ, ਸਾਨੂੰ ਅੱਗਾਂ ਲਾਈਆਂ ਗਈਆਂ, ਓਏ ਸਾਡੀਆਂ ਧੀਆਂ ਭੈਣਾਂ ਦੀ ਉਹਨਾਂ ਲੋਕਾਂ ਨੇ ਬੇਪਤੀ ਕੀਤੀ ਜਿਨ੍ਹਾਂ ਲਈ ਸਾਡੀਆਂ ਜਾਨਾਂ ਲੱਗੀਆਂ। ਪੰਜਾਬੀ ਸ਼ਾਇਰ ਨੇ ਇੱਕ ਲਿਖਿਆ ਏ, ਬਹੁਤ ਵਧੀਆ ਸੰਤਰਾ ਉਦਾਸੀ ਦੀਆਂ ਚਾਰ ਗੱਲਾਂ ਯਾਦ ਆਈਆਂ ਨੇ, ਉਹ ਕਹਿੰਦਾ ਨੀ ਸੁਣ ਕੇ ਤੇ ਸਾਹ ਤੇਰੇ ਜਾਣਗੇ ਉਹ ਤਾਹਾਂ ਨੂੰ, ਧਿਆਨ ਦਿਓ, ਨੀ ਸੁਣ ਕੇ ਤੇ ਸਾਹ ਤੇਰੇ ਜਾਣਗੇ ਉਹ ਤਾਹਾਂ ਨੂੰ, ਆਉਣੀ ਨਹੀਂ ਉਹ ਗੱਲ ਤੇਰੇ ਝੂਠਿਆਂ ਗਵਾਹਾਂ ਨੂੰ, ਨੀ ਸਿੰਘ ਸੂਰੇ ਸੰਘਣੇ ਹੈ ਲੱਖੀ ਦੇ ਜੰਗਲ ਵਾਂਗੂ, ਜਾਣੇ ਤੇ ਥੋਏ ਨਾ ਫੜੇ ਦਿੱਲੀਏ ਦਿਆਲਾ, ਨੀ ਤੂੰ ਦੇਗ ਚੁਬਾਲ ਦਿੱਤਾ ਅਜੇ ਤੇਰਾ ਚੇਤਨਾ ਠਰੇ। ਕਦੇ ਦਿੱਲੀ ਵਿੱਚ ਜਾਓ, ਮੈਂ ਜਾਣਾ ਪ੍ਰੋਗਰਾਮ ਤੇ ਕਈ ਵਾਰ ਗਿਆ, ਜਾਂਦੇ ਰਹਿੰਦੇ ਹਾਂ ਅਸੀਂ। ਅੱਜ ਭੈਣੋ ਦਿੱਲੀ ਵਿੱਚ ਸੱਤ ਬਸਤੀਆਂ ਇਹੋ ਜਿਹੀਆਂ ਨੇ ਸੱਤ, ਜਿਨ੍ਹਾਂ ਭੈਣਾਂ ਦੇ ਸਿਰ ਦੇ ਸੁਹਾਗ ਨਹੀਂ, ਮਾਰ ਦਿੱਤੇ ਜ਼ਾਲਮਾਂ ਨੇ। ਅੱਜ ਉਹ ਲੋਕ, ਦੁੱਖ ਦੀ ਗੱਲ ਆ ਵੀਰੋ, 32-32 ਸਾਲ ਹੋ ਗਏ ਉਹ ਸਿੱਖਾਂ ਦੇ ਕਾਤਲ ਦਿੱਲੀ ਦੀਆਂ ਵੱਡੀਆਂ ਰੋਡਾਂ ਉੱਤੇ ਕਾਲੀਆਂ ਕਾਰਾਂ ਲੈ ਕੇ ਝੰਡੀਆਂ ਲਾ ਕੇ ਘੁੰਮਦੇ ਫਿਰਦੇ ਨੇ, ਕਿਸੇ ਦੀ ਜ਼ਰੂਰਤ ਨਹੀਂ ਕੋਈ ਅੰਦਰ ਕਰ ਦੇਵੇ, ਤੇ 35-35 ਸੌ 3,500 ਹਜ਼ਾਰ ਦੇ ਕਾਤਲ ਲੋਕ, ਸਿੱਖਾਂ ਦੇ ਕਾਤਲ ਅੱਜ ਦਿੱਲੀ ਵਿੱਚ ਘੁੰਮਦੇ ਫਿਰਦੇ ਨੇ, ਕਿਸੇ ਨੇ ਉਹਨਾਂ ਨੂੰ ਕੋਈ ਸਜ਼ਾ ਦਿਵਾਉਣ ਦਾ ਸੋਚੀ ਨਹੀਂ ਗੱਲ, ਕਿਉਂਕਿ ਸਾਰੇ ਰਾਜ ਨਾਲ ਲੜੇ ਹੋਏ ਨੇ, ਚੋਰਾਂ ਨਾਲ ਕੁੱਤੀ ਲੜੀ ਹੋਈ ਹੈ, ਸਾਰੇ ਇੱਕ ਨੇ, ਇੱਕੇ ਚੱਟੇ ਵੱਟੇ ਨੇ, ਇੱਕੇ ਪਲੜੇ ਦੇ ਭਾਰੂ ਨੇ ਸਾਰੇ, ਕਿਤੇ ਕਿਤੇ ਆਸਾ ਰੱਖਾਂਗੇ। ਪਰ ਯਾਦ ਰੱਖੋ ਵੀਰੋ,
ਸਾਡੀ ਗਿਣਤੀ ਰਹੀ ਆ 11 ਫੇਰ ਨਹੀਂ ਮਰੇ ਸਾਡੀ ਗਿਣਤੀ ਹਜ਼ਾਰਾਂ ਚ ਕਹੀ ਹੈ ਫੇਰ ਨਹੀਂ ਮਰੇ ਅਸੀਂ ਦੁਨੀਆਂ ਉੱਤੇ ਰਾਜ ਕੀਤਾ ਅੱਜ ਦੀ ਗੱਲ ਸੁਣਾਵਾਂ ਅੱਜ ਜਾ ਵੀਰੋ ਸਾਰੀ ਦੁਨੀਆਂ ਉੱਤੇ ਸਾਡੀ ਗਿਣਤੀ ਲੱਖਾਂ ਦੀ ਗਿਣਤੀ ਹੈ ਮੈਂ ਗੱਲ ਕਹਿ ਕੇ ਜਾਵਾਂ ਆਕਾ ਸਾਡਾ ਗੱਲ ਕਹਿਣ ਦਾ ਅਸੀਂ ਦੋ ਸ਼ਬਦ ਬੋਲਦੇ ਹਾਂ ਰੋਜ਼ ਦੋ ਸ਼ਬਦ ਪਹਿਲਾ ਸ਼ਬਦ ਹੈ ਅਸੀਂ ਰੋਜ਼ ਕਰੋੜਾਂ ਵਾਰ ਲੱਖਾਂ ਵਾਰ ਸਿੱਖ ਆਪਣੇ ਘਰਾਂ ਵਿੱਚ ਗੁਰਦੁਆਰਿਆਂ ਵਿੱਚ ਚਾਹੇ ਕੋਈ ਤੁਰਿਆ ਜਾਂਦਾ ਏ ਉਹ ਇਹ ਗੱਲ ਕਹਿੰਦਾ ਏ ਕਿ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲੇਗੇ ਬੱਚੇ ਸ਼ਰਨ ਜੋ ਹੋਏ ਇਹ ਸਿੱਖ ਕਹਿੰਦੇ ਨਾ ਜੀ ਅਸੀਂ ਕਹਿੰਦੇ ਹਾਂ ਕਿ ਨਾ ਇਹ ਸਿੱਖੀ ਕਹੂ ਪਰ ਧਿਆਨ ਦਿਓ ਵੀਰੋ ਉਹ ਜੇ ਸਿੱਖ ਆਪਣੇ ਰਾਜ ਦੀ ਗੱਲ ਕਰਦਾ ਤਾਂ ਸਿੱਖ ਰੋਜ਼ ਇਹ ਗੱਲ ਕਹਿੰਦਾ ਕਰੋੜਾਂ ਵਾਰ ਜਿਹੜਾ ਕੋਈ ਨਹੀਂ ਕਹਿੰਦਾ ਕੋਈ ਹੋਰ ਇਹ ਮੰਗ ਮੰਗਦਾ ਨਹੀਂ ਉਹ ਸਿੱਖੀ ਇਹ ਗੱਲ ਕਹਿੰਦਾ ਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆਪਣੇ ਸਿੱਖ ਰਾਜ ਦੀ ਗੱਲ ਕਰਦੀ ਹੈ ਲੋ ਦਿਓ ਧਿਆਨ ਕਵਿਤਾ ਆਪਣੇ ਆਪ ਅਰਥ ਕਰੇਗੀ ਮੋਬਾਈਲਾਂ ਵਿੱਚ ਵੀਰ ਭਰ ਰਹੇ ਨੇ ਸੁਣਿਆ ਕਰੋ ਇੱਕ ਇੱਕ ਅੱਖਰ ਸੁਣਨ ਵਾਲਾ ਹੈ ਕਿ ਇਹ ਦਿਲਗੇ ਤੇਰੇ ਲਈ ਅਸੀਂ ਮਰ ਕੇ ਵੇਖ ਲਿਆ ਲੜ ਕੇ ਵੇਖ ਲਿਆ ਪਰ ਤੂੰ ਸਾਡੀ ਨਾ ਹੋਈ ਤੂੰ ਸਾਡੇ ਵੱਲ ਟੱਕਾ ਨਹੀਂ ਛੱਡਿਆ ਸਾਨੂੰ ਮਾਰਿਆ ਸਾਨੂੰ ਲਤਾੜਿਆ ਦਿਓ ਧਿਆਨ ਦਿੱਲੀ ਨੂੰ ਤਾਨਾ ਅਜੈਬ ਸਿੰਘ ਅਣਖੀ ਬਠਿੰਡੇ ਵਾਲਿਆਂ ਦਾ ਢਾਡੀ ਜਥਾ ਹੈ ਇਹੋ ਬਿਆਨ ਕਰਦਾ ਜੀ ਬਹਾਦਰ ਬਣ ਕੇ ਦਿੱਲੀਏ ਹਿੰਦ ਦੀ ਚਾਦਰ ਸੀਸ ਵਾਰ ਕੇ ਤੇਗ ਬਹਾਦਰ ਬਣ ਕੇ ਦਿੱਲੀਏ ਹਿੰਦ ਦੀ ਚਾਦਰ ਤੂੰ ਅਨੰਦਪੁਰ ਦੀ ਧਰਤੀ ਵਿੱਚ ਜਦ ਤਹਾਂ ਮਾਰ ਕੇ ਰੋਈ ਤੂੰ ਨਾ ਸਾਡੀ ਹੋਈ ਨੀ ਦਿੱਲੀਏ ਤੂੰ ਨਾ ਸਾਡੀ ਹੋਈ ਤੂੰ ਨਾ ਸਾਡੀ ਹੋਈ ਨੀ ਦਿੱਲੀਏ ਤੂੰ ਨਾ ਸਾਡੀ ਜਾਨਾ ਲਾਈਆਂ ਪਰ ਉਹ ਸਾਨੂੰ ਰਾਸ ਨਾ ਆਈਆਂ ਤੇਰੀ ਖਾਤਰ ਜਾਨਾ ਲਾਈਆਂ ਪਰ ਉਹ ਸਾਨੂੰ ਰਾਸ ਨਾ ਆਈਆਂ ਤੇਰੀਆਂ ਨਜ਼ਰਾਂ ਦੇ ਵਿੱਚ ਸਿੱਖ ਤਾਂ ਬਣ ਕੇ ਦੇਸ਼ ਧਰੋਈ ਤੂੰ ਨਾ ਸਾਡੀ ਹੋਈ ਨੀ ਦਿੱਲੀਏ ਤੂੰ ਨਾ ਸਾਡੀ ਹੋਈ ਤੂੰ ਨਾ ਸਾਡੀ ਹੋਈ
ਗੱਡੀਆਂ ਥੱਲੇ ਪੀਹੇ ਜੱਪਾ ਕੇ ਸਾੜੇ ਗੱਡੀਆਂ ਥੱਲੇ ਪੀਹੇ ਕਿਸੇ ਨਾਲ ਨਾ ਹੋਵੇ ਜਿਹੜੀ ਸਿੱਖ ਕੌਮ ਨਾਲ ਹੋਈ ਤੂੰ ਨਾ ਸਾਡੀ ਹੋਈ ਨੀ ਦਿੱਲੀ ਤੂੰ ਨਾ ਸਾਡੀ ਹੋਈ ਤੂੰ ਨਾ ਸਾਡੀ ਹੋਈ ਸੰਨ 47 ਦੇ ਵਿੱਚ ਤੈਨੂੰ ਅਸੀਂ ਯਾਦ ਕਰਾਇਆ ਲਾਲ ਕਿਲੇ ਦੇ ਉੱਤੋਂ ਝੰਡਾ ਗੈਰਾਂ ਦਾ ਉਤਰਾਇਆ ਨੀ ਲਾਲ ਕਿਲੇ ਦੇ ਉੱਤੋਂ ਝੰਡਾ ਗੈਰਾਂ ਦਾ ਉਤਰਾਇਆ ਲੱਖਾਂ ਜਤਨ ਕਰਿਆ ਤੂੰ ਤੇਰੀ ਪੇਸ਼ ਗਈ ਨਾ ਕੋਈ ਤੂੰ ਨਾ ਸਾਡੀ ਹੋਈ ਨੀ ਦਿੱਲੀ ਤੂੰ ਨਾ ਸਾਡੀ ਹੋਈ ਨੀ ਦਿੱਲੀ ਤੂੰ ਨਾ ਸਾਡੀ ਹੋਈ ਨੀ ਪੰਜਾਬੀ ਦਾ ਸ਼ਾਇਰ ਕਹਿੰਦਾ ਏ ਉਹ ਕਹਿੰਦਾ ਧਰਤ ਨਹੀਂ ਕਮਜ਼ੋਰਾਂ ਦੀ ਇਹ ਮੁਲਕ ਨਹੀਂ ਬਿਮਾਰਾਂ ਦਾ ਓਏ ਜੂ ਹੈ ਵੀਰ ਬਹਾਦਰਾਂ ਦੀ ਪਿੜ ਹੈ ਸ਼ਾਹ ਸਵਾਰਾਂ ਦਾ ਇੱਥੇ ਜੋ ਵੀ ਜਿਉਣਾ ਚਾਹੁੰਦਾ ਏ ਉਹ ਛਾਤੀ ਤਾਣ ਖਲੋ ਜਾਵੇ ਉਹ ਜਿੱਧਰ ਨੂੰ ਉਹਦੀਆਂ ਅੱਖ ਉੱਠੇ ਉਤਰੀ ਚਾਨਣ ਹੋ ਜਾਵੇ ਤੇਰੀ ਗੋਦੀ ਦੇ ਵਿੱਚ ਵਰਤਿਆ ਸਾਕਾ ਜੂਨ 84 ਤੂੰ ਸਿੰਘਾਂ ਦੇ ਖੂਨ ਦਿੱਲੀਏ ਰਹੀ ਹਮੇਸ਼ਾ ਪਿਆਸੀ ਨੀ ਤੂੰ ਸਿੰਘਾਂ ਦੇ ਖੂਨ ਦਿੱਲੀਏ ਰਹੀ ਹਮੇਸ਼ਾ ਪਿਆਸੀ ਨੀ ਨਾ ਤੇਰਾ ਦਿਲ ਕੰਬਿਆ ਵੇਰ ਨੇ ਨਾ ਤੇਰੀ ਅੱਖ ਰੋਈ ਤੂੰ ਨਾ ਸਾਡੀ ਹੋਈ ਨੀ ਦਿੱਲੀਏ ਤੂੰ ਨਾ ਸਾਡੀ ਹੋਈ ਰਾਜ ਖਾਲਸਾ ਕਰੋਗੇ ਇੱਕ ਦਿਨ ਵਾਕ ਹੋਣਗੇ ਪੂਰੇ ਝੁਕ ਜਾਵਣਗੇ ਵੱਡੇ ਵੱਡੇ ਇਸ ਦੀ ਸ਼ਕਤੀ ਮੂਰੇ ਝੁਕ ਜਾਵਣਗੇ ਵੱਡੇ ਵੱਡੇ ਇਸ ਦੀ ਸ਼ਕਤੀ ਮੂਰੇ ਅਣਖੀ ਬੂਟੇ ਸੂਰਮਿਆਂ ਦੀ ਰੀਸ ਕਰੇ ਨਾ ਕੋਈ ਤੂੰ ਨਾ ਸਾਡੀ ਹੋਈ ਨੀ ਦਿੱਲੀਏ ਤੂੰ ਨਾ ਸਾਡੀ ਹੋਈ ਸਾਡੀ ਹੋਈ ਨੀ ਦਿੱਲੀਏ ਤੂੰ ਨਾ ਸਾਡੀ ਹੋਈ ਨੀ ਦਿੱਲੀਏ ਤੂੰ ਨਾ ਸਾਡੀ ਹੋਈ ਨੀ ਦਿੱਲੀਏ ਤੂੰ ਨਾ ਸਾਡੀ ਹੋਈ ਕਹਿੰਦੇ ਦਿੱਲੀ ਤਖਤ ਪਰ ਰਹੇਗੀ ਆਪ ਗੁਰੂ ਕੀ ਫੌਜ ਛਤਰ ਝੁਲੇਂਗੇ ਸੀਸ ਪਰ ਬੜੀ ਕਰੇਂਗੇ ਮੌਤ ਕਹਿੰਦੇ ਮਾਇਆ ਕਤਰ ਕਰਕੇ ਦੇਂਗੇ ਲੰਗਰ ਲਾਏ ਨੰਗਾ ਭੁਖਾਰਥੀਆ ਖਾਲੀ ਕੋਈ ਨਾ ਜਾਏ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ ਸਿੱਖ ਸਿੱਖੀ ਸਿਧਾਂਤ ਸਿੱਖੀ ਫਲਸਫਾ ਸਿੱਖਾਂ ਦੀ ਅਣਖ ਸਿੱਖਾਂ ਦੀ ਗੈਰਤ ਨੂੰ ਵੱਡੇ ਵੱਡਿਆਂ ਨੇ ਵੀਰੋ ਪਰਖਿਆ ਪਰ ਸਿੱਖ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀ ਬਖਸ਼ਿਸ਼ ਸਦਕਾ ਆਪਣੇ ਇਮਤਿਹਾਨਾਂ ਚੋਂ ਪੂਰਾ ਹੁੰਦਾ ਰਿਹਾ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੁੰਦਾ ਰਿਹਾ ਹਰ ਇਮਤਿਹਾਨ ਦੇ ਵਿੱਚੋਂ ਪਾਸ ਹੁੰਦਾ ਰਿਹਾ ਇਸ ਮਹਾਨ ਉਸ ਯੋਧੇ ਦਾ ਇਤਿਹਾਸ ਉਸ ਮਹਾਨ ਯੋਧਿਆਂ ਦੇ ਕਾਰਨਾਮੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿਉਂਕਿ ਟਾਈਮ ਜੋ ਮੇਰਾ ਸੀਗਾ ਦਿੱਤਾ ਵਾ ਸ਼ਾਇਦ ਕੁਝ ਮਿੰਟ ਵੱਧ ਹੀ ਲੱਗ ਗਏ ਹੋਣ ਮੈਂ ਸਕੱਤਰ ਸਾਹਿਬ ਤੋਂ ਇਸ ਗੱਲ ਦੀ ਖਿਮਾ ਜਾਚਣਾ ਚਾਹੁੰਦਾ ਸਿੱਖ ਸੰਗਤਾਂ ਵੱਲੋਂ ਬਠਿੰਡੇ ਤੋਂ ਪਹੁੰਚੇ ਹੋਏ ਢਾਡੀ ਜੱਥੇ ਦਾ ਬਹੁਤ ਮਾਣ ਸਨਮਾਨ ਆਇਆ ਕਿਉਂਕਿ ਮੇਰੇ ਕੋਲ ਨੌਜਵਾਨਾਂ ਦੀਆਂ ਕੁਝ ਹੋਰ ਫਰਮਾਇਸ਼ਾਂ ਸੀ ਉਹ ਮੈਂ ਸਾਰੀਆਂ ਤਾਂ ਨਹੀਂ ਪੂਰੀਆਂ ਕਰ ਸਕਿਆ ਸਮਾਂ ਸੀਮਤ ਹੈ ਬਸ ਮੈਂ ਇਹੀ ਵਧਾਈ ਦੇਵਾਂ ਸਾਰੀ ਸੰਗਤ ਨੂੰ ਕਿ ਅੱਜ ਅਸੀਂ ਮਹਾਂਪੁਰਖਾਂ ਦੀ ਯਾਦ ਨੂੰ ਤਾਜ਼ਾ ਕਰ ਰਹੇ ਹਾਂ ਆਇਆ ਕਰੋ ਬੈਠਿਆ ਕਰੋ ਚੜ੍ਹਦੀ ਕਲਾ ਦੇ ਨਾਲ ਚੜ੍ਹਦੀ ਕਲਾ ਨਾਲ ਆਇਆ ਕਰੋ ਤਾਂ ਕਿ ਪਤਾ ਲੱਗੇ ਅਸੀਂ 350 ਸਾਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮਨਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਕੀਤੇ ਹੋਏ ਕਾਰਨਾਮਿਆਂ ਤੇ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਉਹਨਾਂ ਦੀਆਂ ਕੁਰਬਾਨੀਆਂ ਤੇ ਅਸੀਂ ਚੱਲਿਆ ਕਰੀਏ ਤਾਂ ਕਿ ਸਤਿਗੁਰੂ ਸਾਡੇ ਉੱਤੇ ਕਿਰਪਾ ਕਰਨ ਚੜ੍ਹਦੀ ਕਲਾ ਰੱਖਣ ਵੇਖੋ ਮੇਰੇ ਸਾਹਮਣੇ ਚੜ੍ਹਦੀ ਕਲਾ ਵਾਲੇ ਸਿੰਘ ਬੈਠੇ ਨੇ ਇੱਧਰ ਨੌਜਵਾਨ ਮਨ ਬੜਾ ਖੁਸ਼ ਹੋਇਆ ਅਕਲਿਆਣੇ ਤੋਂ ਸੰਗਤ ਆਈ ਹੈ
ਉਹ ਕਹਿੰਦੇ ਸਨ ਗਣਕੀਸਾ ਜ਼ਰੂਰ ਬੋਲਿਓ। ਫਿਰ ਬੇਨਤੀ ਹੈ ਕਿ ਬਹੁਤ ਵੱਡਾ ਸਮਾਗਮ 10 ਕਿਲੋਮੀਟਰ ਤੇ ਹੋ ਰਿਹਾ, ਪਰਮਵੰਤ ਕਬੀਰਾਂ ਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ 12 ਫਰਵਰੀ ਵਾਲੇ ਦਿਨ ਬਹੁਤ ਵੱਡੇ ਸਮਾਗਮ ਵਿੱਚ ਪਹੁੰਚ ਕੇ ਆਪਾਂ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਇੱਕ ਵਾਰੀ ਫਿਰ ਮੈਂ ਸਾਰੇ ਨਗਰ ਕਿਸ਼ਨਪੁਰੇ ਨੂੰ ਵਧਾਈ ਦੇਵਾਂ, ਵਧਾਈ ਦਿੰਦਾ ਹੋਇਆ ਖਿਮਾ ਦਾ ਜਾ ਚੁੱਕਾਂ ਜੀ। ਜਿਸ ਮੇਰੇ ਵੀਰ ਨੂੰ ਤੁਹਾਡੀ ਜਿੱਥੇ ਦਾ ਐਡਰੈਸ ਚਾਹੀਦਾ ਲੈ ਸਕਦੇ ਹੋ, ਨਹੀਂ ਨੈੱਟ ਉੱਤੇ ਮੇਰੀਆਂ ਪੁਰਾਣੀਆਂ ਨਵੀਆਂ ਕੈਸਟਾਂ ਕੱਢ ਕੇ ਸੁਣ ਸਕਦੇ ਹੋ। ਆਓ ਇਹਨਾਂ ਕੁਝ ਬੋਲਦੇ ਖਿਮਾ ਦੇ ਜਾਚਕਾਂ, ਗਲਤੀ ਹੋ ਗਈ ਹੋਵੇ ਬੋਲਦਿਆਂ ਕੋਲੋਂ ਤਾਂ ਮਾਫ ਕਰੋਗੇ। ਸਾਰੀ ਸੰਗਤ ਚੜ੍ਹਦੀ ਕਲਾ ਦੇ ਨਾਲ ਸ਼ਹੀਦਾਂ ਨੂੰ ਆਪਣੇ ਮਨ ਵਿੱਚ ਵਸਾਉਂਦਿਆਂ, ਮਹਾਂਪੁਰਖਾਂ ਨੂੰ ਮਨ ਵਿੱਚ ਵਸਾਉਂਦਿਆਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ 350 ਸਾਲੇ ਨੂੰ ਮਨ ਵਿੱਚ ਵਸਾਉਂਦਿਆਂ ਚੜ੍ਹਦੀ ਕਲਾ ਦੇ ਨਾਲ ਫਤਿਹ ਬੁਲਾਓ। ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਸਾਰੇ ਪ੍ਰਬੰਧਕਾਂ ਦਾ, ਸਕੱਤਰ ਸਾਹਿਬ ਦਾ, ਜਿਹੜੇ ਚੜ੍ਹਦੀ ਕਲਾ ਦੇ ਨਾਲ ਇਸ ਸਟੇਜ ਨੂੰ ਨਿਭਾ ਰਹੇ ਆ ਜੀ। ਸਿੰਘ ਜੀ ਅਣਖੀ ਜਿਨ੍ਹਾਂ ਨੇ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ, ਬੜੇ ਸਰਲ ਤਰੀਕੇ ਦੇ ਨਾਲ ਸਿੱਖ ਕੌਮ ਦੇ ਮਹਾਨ ਯੋਧੇ, ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜੀਵਨ ਇਤਿਹਾਸ ਆਪ ਸਭ ਤੋਂ ਪਹਿਲਾਂ ਢਾਡੀ ਜਥੇ ਨੂੰ ਗੁਰੂ ਘਰ ਦੇ ਵੱਲੋਂ ਸਨਮਾਨ। ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ।